नैक्सट जिहड़ा सैगमेंट आ गुरु गोबिंद सिंह पातशाह दे प्रकाश दिहाड़े दी तरीक जिहड़ी आ पुरेवाल जी ने 5 जनवरी किस कैलकुलेशन दे आधार ते लैंदी आ, ओह कैलकुलेशन ते आपां ने मार लई आ क्योंकि ओहदे बारे तुसीं पिछे बहुत गल कीती सी वी ओह गलत तरीके नाल लैंदी आ, ठीक है, ते ओहदे बारे काफी क्योंकि ओही इक तरीका जिहड़ा जदों असीं होर वी एक्सपर्ट्स जिहड़े पुरेवाल जी दे विरोध दे विच खड़े हुंदे उहनां दी गल करदे ते ओह मेन इही नुक्ता रखदे ने कि 1 जनवरी आउणी चाहीदी सी 5 किदां आ, ਤੇ ਤੁਸੀਂ ਵੀ ਸ਼ਾਇਦ ਇਹੀ ਗੱਲ ਕੀਤੀ ਸੀ ਪਿਛੇ ਆਪਣੇ ਪ੍ਰੋਗਰਾਮ ਦੇ ਵਿੱਚ ਮਿਲ ਕੇ, ਮੈਂ ਉਸੇ ਗੱਲ ਤੇ ਕਾਇਮ ਹਾਂ। ਤੁਸੀਂ ਥੋੜਾ ਜਿਹਾ ਸਭ ਤੋਂ ਪਹਿਲਾਂ ਐਕਸਪਲੇਨ ਕਰ ਦਿਓ ਵੀ 1 ਜਨਵਰੀ ਕਿੱਦਾਂ ਆਉਂਦੀ ਹੈ। ਦੇਖੋ ਗੱਲ ਇਹ ਹੈ ਕਿ 1582 ਦੇ ਵਿੱਚ ਕੈਲੰਡਰ ਲਾਗੂ ਹੋਇਆ ਗ੍ਰੈਗੋਰੀਅਨ ਜੀ, ਉਹ ਲਾਗੂ ਕੀ ਹੋਇਆ ਕਿ ਉਹ ਸਿਰਫ ਧਾਰਮਿਕ ਖੇਤਰ 'ਚ ਲਾਗੂ ਨਹੀਂ ਹੋਇਆ ਬਲਕਿ ਉਹ ਇੱਕ ਸਿਵਲ ਪਰਪਜ਼ ਵਾਸਤੇ ਵੀ ਲਾਗੂ ਹੋਇਆ। ਤੇ ਪੋਪ ਨੇ ਚੁੱਕੀ ਲਾਗੂ ਕੀਤਾ ਸੀ ਉਹਨੂੰ, ਤੇ ਜਿੰਨੀਆਂ ਵੀ ਪੈਪਲ ਸਟੇਟ ਸੀ ਦਸੀਆਂ ਦੀ ਗਿਣਤੀ ਦੇ ਵਿੱਚ ਦੇਸ਼, ਉਹਨਾਂ ਨੇ ਉਸੇ ਵੇਲੇ ਉਹਨੂੰ ਅਡਾਪਟ ਕਰ ਲਿਆ ਜੀ। ਜਿਹੜੇ ਪ੍ਰੋਟੈਸਟੈਂਟ ਸੀ ਉਹਨਾਂ ਨੇ ਕਿਹਾ ਕਿ ਇਹ ਤੇ ਪੋਪ ਦੀ ਧੱਕੇਸ਼ਾਹੀ ਹੈ, ਇਹ ਪੋਪ ਆਪਣੀ ਵਿਚਾਰਧਾਰਾ ਸਾਡੇ ਤੇ ਥੋਪਣਾ ਚਾਹੁੰਦਾ, ਇਹਨੇ ਗਲਤ ਕੰਮ ਕੀਤਾ। ਪੋਪ ਨੇ ਜਿਹੜੀ ਉਹ ਡਿਗਰੀ ਜਾਰੀ ਕੀਤੀ ਸੀ ਉਹਦਾ ਨਾਂ ਸੀ ਡਿਗਰੀ ਆਫ ਪੈਪਲ, ਜਿਹਨੂੰ ਕਹਿੰਦੇ ਨੇ ਕਿਸੇ ਦੇਵਦੂਤ ਦਾ ਫੈਸਲਾ ਜੀ। ਉਸ ਲਈ ਇਹ ਕਿਹਾ ਗਿਆ ਸੀ ਗ੍ਰੈਗੋਰੀਅਨ ਕੈਲੰਡਰ ਨੂੰ ਕਿ ਇਹ ਦੇਵਦੂਤ ਦਾ ਫੈਸਲਾ ਹੈ ਜੀ, ਕਿ 1582 ਤੋਂ ਦਿਨ 10 ਕੱਟ ਕੇ ਤੇ ਕੈਲੰਡਰ ਅੱਗੇ ਤੋਂ ਉਹ ਕਰੈਕਸ਼ਨ ਲਾ ਕੇ ਅੱਗੇ ਘਾਟਾ ਪੂਰਾ ਕਰਕੇ ਤੇ ਸ਼ੁਰੂ ਕੀਤਾ ਜਾਏ ਜੀ। ਪੈਪਲ ਸਟੇਟਾਂ ਨੇ ਮੰਨ ਲਿਆ, ਦੂਜੀਆਂ ਸਟੇਟਾਂ ਨੇ ਨਹੀਂ ਮੰਨਿਆ, ਲੇਕਿਨ ਪੈਪਲ ਸਟੇਟਾਂ ਗਿਣਤੀ ਵੀ ਜ਼ਿਆਦਾ ਸੀ, ਉਹ ਕੈਲੰਡਰ ਜ਼ਿਆਦਾ ਪ੍ਰਵੈਲੈਂਟ ਹੋ ਗਿਆ ਤੇ ਉਹ ਫਿਰ ਸਰਕਾਰਾਂ ਨੇ ਆ ਕੇ ਇਹ ਦੇਖਿਆ ਕਿ ਸਾਡੇ ਸਿਵਲ ਸਾਰੋਕਾਰ ਸਾਂਝੇ ਨੇ, ਜਹਾਜ਼ਾਂ ਦਾ ਆਉਣਾ ਜਾਣਾ ਸਾਂਝਾ, ਟੈਲੀਗ੍ਰਾਮਾਂ ਦਾ ਆਉਣਾ ਜਾਣਾ ਸਾਂਝਾ, ਬੈਂਕਿੰਗ ਜਿਹੜੀ ਹੈ ਸਾਂਝੀ ਹੈ, ਤੇ ਇਸ ਕਰਕੇ ਕਿਉਂ ਨਾ ਅਸੀਂ ਸਾਂਝੇ ਸਿਸਟਮ ਵਿੱਚ ਅਸੀਂ ਵੀ ਐਂਟਰ ਹੋ ਜਾਈਏ। ਤੇ ਅੰਗਰੇਜ਼ਾਂ ਨੇ ਫਿਰ 1752 ਵਿੱਚ ਆਪਣੀ 11 ਦਿਨ ਦੀ ਕਰੈਕਸ਼ਨ ਲਾ ਕੇ ਉਹਦੇ ਵਿੱਚ ਸ਼ਾਮਿਲ ਹੋ ਗਏ ਜੀ। ਰੂਸ ਜਿਹੜਾ ਲਾਸਟਲੀ ਲੇਟਲੀ ਜਾ ਕੇ 1918 ਵਿੱਚ ਉਹਦੇ ਜਾ ਕੇ ਸ਼ਾਮਿਲ ਹੋ ਗਿਆ ਜੀ, ਤੇ ਗ੍ਰੈਗੋਰੀਅਨ ਸਿਸਟਮ ਨੂੰ ਅਡਾਪਟ ਕਰ ਲਿਆ ਫੋਰ ਸਿਵਲ ਪਰਪਸ ਜੀ। ਨਾਨਕ ਸ਼ਾਹੀ ਕੈਲੰਡਰ ਲਾਗੂ ਕਰਨਾ ਸਾਡਾ ਕੋਈ ਸਿਵਲ ਸਮੱਸਿਆ ਨਹੀਂ ਸੀ, ਜੇ ਤੇ ਸਿਵਲ ਸਮੱਸਿਆ ਹੁੰਦੀ ਤੇ ਫਿਰ ਅਸੀਂ ਵੀ ਕਹਿੰਦੇ ਵੀ ਇਹ ਤੇ ਸਾਡਾ ਸਿਵਲ ਕੈਲੰਡਰ ਹੈ ਤੇ ਇਹਦੇ 'ਚ ਅਸੀਂ ਵੀ ਆਪਣੇ ਸ਼ਹੀਦ ਲਾ ਕੇ ਤੇ ਅਸੀਂ 5 ਜਨਵਰੀ ਜਾਂ 4 ਜਨਵਰੀ ਤੇ ਪਹੁੰਚ ਜਾਂਦੇ ਹਾਂ। ਜਦ ਸਾਡਾ ਸਿਵਲ ਯੂਜ਼ ਵਿੱਚ ਕੈਲੰਡਰ ਹੀ ਨਹੀਂ ਸੀ, ਤੇ ਇੱਕ ਬੰਦਾ ਜਿਹੜਾ ਕਿ ਗ੍ਰੈਗੋਰੀਅਨ ਦੀ ਐਡੋਪਸ਼ਨ ਬਾਏ ਬ੍ਰਿਟਿਸ਼ਰਸ ਤੋਂ ਪਹਿਲਾਂ ਜਾਂ ਗੁਰੂ ਨਾਨਕ ਦੇਵ ਜੀ ਜਾਂ ਹੋਰ ਗੁਰੂ ਦੂਜੇ ਪਾਤਸ਼ਾਹ ਜੀ ਜਾਂ ਤੀਜੇ ਪਾਤਸ਼ਾਹ ਜੀ ਜਿਹੜੇ ਕਿ 1582 ਤੋਂ ਪਹਿਲਾਂ ਜਿਹਨਾਂ ਦਾ ਬਰਥ ਹੋ ਚੁੱਕਾ ਸੀ, ਉਹਨਾਂ ਦਾ ਬਰਥ ਗ੍ਰੈਗੋਰੀਅਨ ਵਿੱਚ ਆਉਣਾ ਜਿਹੜਾ ਲਿਆਉਣਾ ਉਹ ਹਿਸਟੋਰੀਕਲੀ ਗਲਤ ਹੈ। ਪੁਰੇਵਾਲ ਸਾਹਿਬ ਦੀ ਮੇਰੇ ਕੋਲ ਕਲਿੱਪ ਆ ਜਿਹਦੇ ਵਿੱਚ ਕਹਿ ਰਹੇ ਨੇ ਕਿ ਉਸ ਤਰ੍ਹਾਂ ਨਹੀਂ ਕੀਤਾ ਜਾਂਦਾ, ਕਿ ਜਿਹੜਾ ਬੰਦਾ ਜਿਸ ਸੰਮਤ ਵਿੱਚ ਪੈਦਾ ਹੋਇਆ ਜੋ ਉਸ ਲਈ ਸਿਸਟਮ ਪ੍ਰੈਵਲੈਂਟ ਹੈ ਗ੍ਰੈਗੋਰੀਅਨ ਦਾ, ਇਹ ਜੂਲੀਅਨ ਉਹਦੀਆਂ ਡੇਟਾਂ ਜੂਲੀਅਨ ਵਿੱਚ ਨਿਕਲਣਗੀਆਂ, ਉਹਦੀਆਂ ਡੇਟਾਂ ਗ੍ਰੈਗੋਰੀਅਨ ਵਿੱਚ ਨਹੀਂ ਨਿਕਲਣਗੀਆਂ, ਜੇ ਕੱਢੀਆਂ ਜਾਣ ਤੇ ਉਹ 1 ਜਨਵਰੀ ਬਣਦਾ, ਨਹੀਂ ਤੇ 22 ਦਸੰਬਰ ਬਣਦਾ। ਔਰ ਅਗਰ 22 ਦਸੰਬਰ ਨੂੰ ਫਿਕਸ ਕਰ ਦਿੱਤਾ ਜਾਂਦਾ ਗੁਰੂ ਸਾਹਿਬ ਜੀ ਦਾ ਦਿਹਾੜਾ ਤੇ ਇੱਕ ਪੱਖੋਂ ਤੇ ਠੀਕ ਰਹਿੰਦਾ ਨਾ, ਕਿ ਜੂਲੀਅਨ ਦੇ ਮੁਤਾਬਕ ਹਾਂ ਇਹੀ ਡੇਟ ਹੈ ਬਈ। ਜੇ 1 ਜਨਵਰੀ ਫਿਕਸ ਹੁੰਦਾ ਤੇ ਕੋਈ ਕਹਿੰਦਾ ਵੀ ਗ੍ਰੈਗੋਰੀਅਨ ਪੱਖੋਂ ਹੀ ਕਹਿ, ਹਾਲਾਂਕਿ ਜੂਲੀਅਨ ਹੀ ਸੀ ਉਹਨਾਂ ਦਾ ਬਣਦਾ, ਲੇਕਿਨ 5 ਜਨਵਰੀ ਤੇ ਕਿਸੇ ਪੱਖੋਂ, ਕਿਉਂਕਿ ਫੈਮਿਲੈਰਿਟੀ ਜਿਹੜੀ ਨਵੀਂ ਜਨਰੇਸ਼ਨ ਦੀ ਹੈ ਜਾਂ ਇਤਿਹਾਸ ਦੀ ਜਿਹੜੀ ਇੰਗਲਿਸ਼ ਤਰੀਕਾਂ ਦੀ ਹੈ, ਉਹ ਉਹਨੂੰ ਨੱਥੀ ਕਰ ਦੇਣਾ ਇੱਕ ਗਲਤ ਕਿਸਮ ਦੇ ਨਾਲ, ਉਹਨੂੰ 5 ਜਨਵਰੀ ਵਿੱਚ ਕਨਵਰਟ ਕਰ ਦੇਣਾ, ਇਹ ਮਿਸਟੇਕ ਹੈ। ਗੁਰੂ ਗੋਬਿੰਦ ਸਿੰਘ ਦਾ ਦਿਹਾੜਾ ਜਿਹੜਾ ਇੱਕ ਰੂਲ ਹੈ ਕੈਲੰਡਰ ਦਾ ਉਹਦੇ ਮੁਤਾਬਕ ਜਾਂ ਹਿਸਟੋਰੀਸਿਟੀ ਦਾ ਜਿਹੜਾ ਰੂਲ ਹੈ ਉਹਦੇ ਮੁਤਾਬਕ 5 ਜਨਵਰੀ ਨਹੀਂ ਆਉਂਦਾ। ਹੁਣ ਕੋਈ ਬੰਦਾ ਇਹ ਕਵੇ ਕਿ ਮੈਂ ਇਹ ਜੋੜ ਲਿਆ, ਮੈਂ ਵਿੱਚ ਇਹ ਪਾ ਲਿਆ, ਮੈਂ ਉਦੋਂ ਇੱਥੋਂ ਸ਼ੁਰੂ ਕਰਤਾ, ਮੈਂ ਇੱਥੋਂ ਸ਼ੁਰੂ ਕਰਕੇ ਮੈਂ 5 ਜਨਵਰੀ ਤੇ ਪਹੁੰਚ ਗਿਆ, ਇਹ ਉਹਦੀ ਮਰਜ਼ੀ ਥੋੜੀ ਹੈ, ਇਹ ਉਹਦੀ ਮਰਜ਼ੀ ਥੋੜੀ ਹੈ। ਮੈਂ ਕਹਾਂ ਤੁਸੀਂ ਮੈਨੂੰ, ਮੈਂ ਤੁਸੀਂ ਪੁੱਛੋ ਮੈਨੂੰ 2 ਜਮ੍ਹਾਂ 2 ਕਿੰਨੇ ਹੁੰਦੇ ਨੇ, ਮੈਂ ਕਹਾਂ 5, ਤੁਸੀਂ ਬੋਲੋ ਕਿੱਦਾਂ, ਮੈਂ ਕਹਾਂ 2 ਜਮ੍ਹਾਂ 2 + 1 ਮੈਂ ਕੋਲੋਂ ਪਾ ਲਿਆ ਤੇ ਲੇ ਛਪਾ ਦਿਆਂ, ਮੈਂ ਮਰਜ਼ੀ ਨਾ ਪਾ ਲਵਾਂ। ਜਿਹੜਾ ਇੱਕ ਸੋਸ਼ਲ ਕੰਸਰਨ ਹੈ, ਮੈਂ ਤਾਂ ਪਹਿਲੇ ਵੀ ਇਹ ਗੱਲ ਕਹਿ ਚੁੱਕਾ ਕਿ ਕੈਲੰਡਰ ਜਿਹੜਾ ਪਰਪਜ਼ ਹੈ ਉਹਦੇ ਵਿੱਚ ਗਿਣਤੀਆਂ, ਨਿਯਮਾਂ, ਰੂਲਸ, ਰੈਗੂਲੇਸ਼ਨ ਦਾ ਜਿਹੜਾ ਉਹ ਆਪਣੀ ਜੋ ਹੈ, ਬਟ ਇਟਸ ਏ ਸੋਸ਼ਲ ਕੰਟਰੈਕਟ, ਇਹ ਇੱਕ ਸਮਾਜਿਕ ਵਿਸ਼ਾ ਹੈ।
जब पता हो झगड़ा है ये एक झगड़ा है और झगड़ा इसी तरह चीज तो पै रहा है यह झगड़ा फ्लेयर अप करके सू डिवाइड कर सकता है उसलिए जी सा केंद्रीय व्यवस्था से उन्होंने पहला तो चार साल इस पर डिस्कशन करनी चाहिए सी कि भाई ये अपने झगड़ा पाना या नहीं पाना झगड़ा सू पाना चाहिए कि नहीं पाना चाहिए पहला तो ऐसे होनी चाहिए बहस उन्होंने अपने मार्का बनाने से इतिहास इन्होंने दर्ज कराने से कौम के विड़े पंगा पाता ठीक है मैं मेरे मेरे पांच जनवरी अगर मैं फिगर मनना कि अगर पांच जनवरी गलत है तो पांच जनवरी मैं इस वास्ते लैंदा कि वह तेई पो सूदी सत्त ये पर सारे सहमत ठीक है ना इस जे ये डेट करता बारी बाकी गुरु साहबान के भी ध्याड़े जड़े अंग्रेजी इतिहास के मुताबिक गलत तरीक आ चुके डाटा सारा रखना है कि ये काम किदा होया कैलकुलेशन किवें होईयां ठीक है टाइम लग सकता थोड़ा उन्होंने दो हिस्सों के वंडांगे पहले हिस्से दे विच मैं तुहानू दस देवां कि जदों अच्छा एक मिनट गल सुनो एक एक छोटी जी बेनती अगर तुहानू लगना टाइम तो मैं एक छोटी जी गल कर सकदा इहदे विच फिर तुसीं अपना टाइम लो पूरा हां करो करो छोटी जी गल कर सकदा देखो तुसीं अगर मान लो हजारां दी तादाद दे विच एस्पायरेंट्स हिस्टरी दे एग्जाम विच आईएएस दे विच बैठदे ने तो उत्थे इक सवाल आउंदा ऑब्जेक्टिव सवाल क्योंकि प्रीलिमिनरी एग्जाम ऑब्जेक्टिव होंदा एक सवाल आता है कि सिखां दे पंजाबी जी बोला उत्थे अंग्रेजी च आंदा लेकिन मैं पंजाबी च बोलांगा कि सिखां दे दसवें गुरु का जन्म किस तारीख नूं होया जी थले चार ऑप्शन दिते 22 दिसंबर 5 जनवरी 28 दिसंबर नन ऑफ अबव उपरले तिन्न चो कोई भी नहीं तो जे टिक करता बंदा 5 जनवरी वो फेल हो जाता जे 22 दिसंबर टिक करता तो उन्हें चार नंबर लग जाते आई हूँ मेरा पॉइंट समझ आया हूँ तुम्हें जे 22 दिसंबर टिक करता तो उन्हें चार नंबर लग जाते एक एक नंबर की फाइट होती है उस एग्जाम जे वह 5 जनवरी टिक करेगा वह फेल हो जाएगा ठीक है तो ये वास्ते हूँ जवाब की बनेगा ना 22 दिसंबर जन्म होया ना 5 जनवरी होया एक 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 आर्गूमेंट बचिया फिर कदों होया 23 पोनू होया जी आई एस वाले ने सुहारी गलत पूछे सानू ठीक कोई सेंस पढ़ती है मैं सारी सेंस बना देना हूँ तुम बनाओ हाँ जी सब तो पहला एक सवाल तुम्हें मैं होर करना चाहवागा तुम क्या कि तुम शायद पुरेवाल जी ने भी सेम सवाल किया डॉक्टर उद्योके किया डिफरेंट जवाब दिए इस तरह की गल डिफरेंट जवाब वो भी थोड़ा जहाँ तुम कर दौ एक्सप्लेन की जवाब दिए मैं एक मिनट देखा जरा तुम कैरी ऑन करो तो मैं तुम जवाब दे देना उद्योके जी तो मैं दस दिता ना तुम कि उन्होंने क्या लगता जितने तक मैं याद है तुम दस दौ मैं तुम दस दौ मैं उद्योके जी का रिकॉर्डिंग है ना हाँ तुम क्या भी उद्योके जी ने कहा भी असं दिन शायद जोड़े हुए तो पुरेवाल जी ने कहा कि नहीं असं वो तरीका नहीं पाया हाँ असं हाँ उन्होंने कहा ठीक है चलो कोई गल नहीं मैं समझ गया थोड़ी गल मैं अपनी गल हूँ शुरू कर दिया मैं थोड़ा डाटा रखना टाइम मैं लग सकता है 10 मिनट तो गल जी क्लीयर हो जाएगी जदों पुरेवाल जी ने कहा कैलेंडर ठीक है दो तरीके होंगे हिस्टरी देखिए कि दो बड़िया वड्डिया एग्जाम्पल साडे सामने ने जिहड़ियां आम साडे रोजमर्रा की जिंदगी संबंधित ने पहली तो यह आ कि
ਪੋਪ ਗ੍ਰੈਗਰੀ ਨੇ ਜਿਹੜਾ ਕੈਲੰਡਰ ਤਿਆਰ ਕੀਤਾ ਜੂਲੀਅਨ ਕੈਲੰਡਰ ਦੇ ਵਿੱਚ 10 ਦਿਨਾਂ ਦਾ ਫਰਕ ਪੈ ਚੁੱਕਾ ਸੀ ਤੇ ਪੋਪ ਨੇ ਫਰਕ ਉਹ ਜਿਹੜਾ ਨਵਾਂ ਕੈਲੰਡਰ ਲੈ ਕੇ ਆਂਦਾ ਤੇ ਉਹ ਜਿਹੜਾ 10 ਦਿਨਾਂ ਦਾ ਫਰਕ ਸੀ ਉਹਨੂੰ ਕੱਢ ਦਿੱਤਾ ਠੀਕ ਹੈ ਉਹ ਫਰਕ ਉਹਨੇ ਕਿਹਾ ਵੀ ਜਿਹੜਾ 10 ਦਿਨਾਂ ਦਾ ਫਰਕ ਹੈ ਇਹਨੂੰ ਕੱਢ ਦੇਣਾ ਦੂਸਰਾ ਜਦੋਂ ਸੂਰਜੀ ਸਿਧਾਂਤ ਦੇ ਵਿੱਚੋਂ ਚੰਦਰਮੀ ਸਿਧਾਂਤ ਦੇ ਵਿੱਚ ਵਿਕਰਮੀ ਕੈਲੰਡਰ ਨੂੰ ਅੱਗੇ ਲੈ ਕੇ ਗਏ ਸਿਧਾਂਤ ਨੂੰ ਬਦਲਿਆ ਫਾਰਮੂਲੇ ਨੂੰ ਤੇ ਉਦੋਂ ਤੱਕ ਵਿਕਰਮੀ ਕੈਲੰਡਰ ਦੇ ਵਿੱਚ ਜਿਹੜੀ ਪੁਰਾਣੀ ਗਣਨ ਦੇ ਨਾਲ ਫਰਕ ਸੀਗਾ ਉਹ 5 ਦਿਨ ਦਾ ਪੈ ਚੁੱਕਾ ਸੀ ਠੀਕ ਹੈ ਪਰ 1964 ਦੇ ਵਿੱਚ ਜਦੋਂ ਵਿਕਰਮੀ ਕੈਲੰਡਰ ਨੂੰ ਨਵੀਂ ਪੱਧਤੀ ਦੇ ਵਿੱਚ ਲਿਆਂਦਾ ਗਿਆ ਤੇ ਉਹਨਾਂ ਨੇ ਇਹ ਡਿਸਾਈਡ ਕੀਤਾ ਵੀ ਜਿਹੜਾ ਫਰਕ ਪੈ ਗਿਆ ਉਹ ਅਸੀਂ ਨਹੀਂ ਕੱਢਣਾ ਉਹ ਫਰਕ ਉਦਾਂ ਰਹਿਣ ਦਿੱਤਾ ਜਾਵੇ ਦੋ ਤਰੀਕੇ ਸਾਡੇ ਸਾਹਮਣੇ ਆ ਗਏ ਜਿਹੜਾ ਅਸੀਂ ਅੱਜ ਕੈਲੰਡਰ ਵਿਕਰਮੀ ਕੈਲੰਡਰ ਸ਼੍ਰੋਮਣੀ ਕਮੇਟੀ ਵਰਤ ਰਹੀ ਹੈ ਵਿਕਰਮੀ ਪੱਧਤੀ ਜਿਹੜੀ ਹੈ ਮਤਲਬ ਵਰਤ ਰਹੀ ਨਾਲ ਛੇ ਕਹਿ ਕੇ ਉਹਦੇ ਵਿੱਚ 5 ਦਿਨਾਂ ਦਾ ਫਰਕ ਜਿਹੜਾ ਸੀ 1964 ਚ ਨਹੀਂ ਕੱਢਿਆ ਗਿਆ ਇਹ ਮੰਨਿਆ ਗਿਆ ਕਿ ਉਹ ਫਰਕ ਜਿਹੜਾ ਪੈ ਗਿਆ ਪੈ ਰਹਿਣ ਦਿਓ ਅੱਜ ਤੋਂ ਸੁਧਾਰ ਲਾਗੂ ਕਰ ਗ੍ਰੈਗੋਰੀਅਨ ਕੈਲੰਡਰ ਵਾਲਿਆਂ ਨੇ ਕਿਹਾ ਕਿ ਜਿਹੜਾ 10 ਦਿਨ ਦਾ ਫਰਕ ਆ ਉਹ ਵੀ ਕੱਢ ਦਿਓ ਤੇ ਅੱਗੋਂ ਤੋਂ ਸੁਧਾਰ ਕਰ ਦਿਓ ਦੋਵੇਂ ਤਰੀਕੇ ਸੀ ਪੁਰੇਵਾਲ ਜੀ ਨੇ ਜਿੱਥੇ ਕਿਹਾ ਕਿ ਅਸੀਂ ਗ੍ਰੈਗੋਰੀਅਨ ਵਾਲਾ ਤਰੀਕਾ ਨਹੀਂ ਅਪਣਾਇਆ ਦੂਜਾ ਅਪਣਾਇਆ ਉਹਨਾਂ ਦੇ ਕਹਿਣ ਦਾ ਮਤਲਬ ਸੀ ਕਿ ਗ੍ਰੈਗੋਰੀਅਨ ਨੇ ਜਿੰਨਾ ਨੁਕਸ ਪੈ ਗਿਆ ਸੀ ਕੈਲੰਡਰ ਚ ਉਹਨੂੰ ਕੱਢ ਦਿੱਤਾ ਸੀ ਮਾਈਨਸ ਕਰ ਦਿੱਤਾ ਸੀ ਅਸੀਂ ਉਹ ਮਾਈਨਸ ਨਹੀਂ ਕੀਤਾ ਅਸੀਂ ਇਹ ਮੰਨਿਆ ਕਿ 1999 ਤੱਕ ਜਿੰਨਾ ਫਰਕ ਪੈ ਗਿਆ ਉਹਨੂੰ ਉਦਾਂ ਹੀ ਰੱਖ ਲਿਆ ਜਾਵੇ ਉਹਦੀਆਂ ਉਹਨਾਂ ਨੇ ਪ੍ਰੋਬਲਮ ਵੀ ਦੱਸੀਆਂ ਸੀ ਕਿ ਜੇ ਉਹ ਫਰਕ ਕੱਢਦੇ ਹਾਂ ਕਿਉਂਕਿ ਸਾਡਾ ਇਤਿਹਾਸ ਜਿਹੜਾ ਵਾ ਉਹਦੀਆਂ ਬਹੁਤ ਸਾਰੀਆਂ ਤਰੀਕਾਂ ਨੇ 350-400 ਸਾਲ ਦੇ ਵਿੱਚ ਜਾਂ ਗੁਰੂ ਨਾਨਕ ਪਾਤਸ਼ਾਹ ਤੋਂ ਲਾਓ 550 ਸਾਲ ਚ ਸਾਡੇ ਬਹੁਤ ਸਾਰੇ ਇਤਿਹਾਸਿਕ ਦਿਹਾੜੇ ਨੇ ਉਹ ਸਾਰਿਆਂ ਦਾ ਜਿਹੜਾ ਰੇਸ਼ੋ ਆ ਇੱਕ ਦੂਜੇ ਦੇ ਨਾਲ ਉਹ ਘੱਟ ਵੱਧ ਜਾਂਦਾ ਜੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਤੋਂ ਇਹ ਚੀਜ਼ ਲਾਗੂ ਕੀਤੀ ਉਹਨਾਂ ਨੇ ਦੂਜਾ ਤਰੀਕਾ ਅਪਣਾਇਆ ਜਿਹੜਾ 1964 ਦੇ ਵਿੱਚ ਵਿਕਰਮੀ ਕੈਲੰਡਰ ਵਾਲਿਆਂ ਨੇ ਅਪਣਾਇਆ ਸੀ ਕਿ ਜਿਹੜਾ ਨੁਕਸ ਪੈ ਗਿਆ ਉਹਨੂੰ ਰਹਿਣ ਦਿਓ ਅੱਗੋਂ ਕੱਢ ਲਓ ਹੁਣ ਤੁਹਾਨੂੰ ਮੈਂ ਦੱਸਦਾ ਹਾਂ ਕਿ ਉਹ ਜਿਹੜਾ ਡਾਟਾ ਆ ਉਹ ਕਿੱਦਾਂ ਹੁੰਦਾ ਦੋ ਜੰਤਰੀਆਂ ਦੇ ਵਿੱਚੋਂ ਇਹ ਡਾਟਾ ਲਿਆ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੁੰਦਾ ਹੈ ਪ੍ਰਕਾਸ਼ ਦਿਹਾੜਾ 1699 ਦੇ ਵਿੱਚ ਮੈਂ ਇੱਕ ਮਿੰਟ ਐਨਕ ਦਾ ਸਹਾਰਾ ਲੈਣਾ ਪੈਣਾ ਮੈਨੂੰ ਅੱਖਰ ਬਹੁਤ ਨਿੱਕੇ ਨੇ ਹਾਂਜੀ ਆਹ ਕੰਨੂ ਪਿੱਲੇ ਦੀ ਜੰਤਰੀ ਦੇ ਵਿੱਚੋਂ ਮੈਂ ਸਕਰੀਨਸ਼ੋਟ ਲਿਆ ਜਿਹੜੀ ਲਾਲ ਡੱਬੀ ਦੇ ਵਿੱਚ ਤਰੀਕ ਹੈ ਵੀਰਵਾਰ 30 ਸੋਰੀ ਇਹ ਨਹੀਂ ਇਹ ਤਾਂ ਵਿਸਾਖੀ ਦੀ ਤਰੀਕ ਆ ਗਈ ਮੈਂ ਤੁਹਾਨੂੰ ਤਰੀਕ ਦੇਣੀ ਚਾਹੁੰਦਾ 1666 ਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪ੍ਰਕਾਸ਼ ਦਿਵਸ ਆਇਆ ਕੰਨੂ ਪਿੱਲੇ ਨੇ ਸ਼ਨੀਵਾਰ 22 ਦਸੰਬਰ ਮੰਨਿਆ ਹੈ ਤੇ 23 ਪੋਸ ਠੀਕ ਹੈ 1666 ਦਾ ਸਕਰੀਨਸ਼ੋਟ ਹੈ ਕੰਨੂ ਪਿੱਲੇ ਦੀ ਜੰਤਰੀ ਦਾ ਪਾਲ ਸਿੰਘ ਪੁਰੇਵਾਲ ਨੇ ਵੀ 22 ਦਸੰਬਰ ਸ਼ਨੀਵਾਰ 23 ਪੋਹ ਮੰਨਿਆ ਦੋਵਾਂ ਦੀ ਸੇਮ ਹੈ ਠੀਕ ਹੈ ਬਟ ਕਿਉਂਕਿ ਜਿਹੜਾ ਉਹਦੇ ਵਿੱਚ ਸੁਧਾਰ ਸੀਗਾ ਜਿਹੜਾ ਗ੍ਰੈਗੋਰੀਅਨ ਵਾਲਾ ਉਹ ਆ ਗਿਆ ਅੱਗੇ ਜਾ ਕੇ 1752 ਦੇ ਵਿੱਚ 1752 ਦੇ ਵਿੱਚ ਜਦੋਂ ਸੁਧਾਰ ਹੋਇਆ ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ 1751 ਦਾ ਡਾਟਾ ਜਿਹੜਾ ਉਹ ਸ਼ੋ ਕਰਨਾ ਚਾਹਾਂਗਾ ਹਾਂਜੀ ਨਹੀਂ 52 ਦਾ ਸੁਧਾਰ ਜਿਹੜਾ ਉਹ ਆਇਆ 11 ਦਿਨ ਦਾ ਸੁਧਾਰ ਹੋਇਆ ਤੇ 1 ਸਤੰਬਰ 1752 ਤੋਂ ਬਾਅਦ ਅਗਲੀ 2 ਸਤੰਬਰ 1752 ਤੋਂ ਬਾਅਦ ਅਗਲੀ ਤਰੀਕ 14 ਸਤੰਬਰ ਸੀ ਤੇ ਇਹੋ ਸੁਧਾਰ ਜਿਹੜਾ ਕੰਨੂ ਪਿੱਲੇ ਦੀ ਯੰਤਰੀ ਜੀ ਤੁਸੀਂ ਵੇਖ ਸਕਦੇ ਹੋ ਕਿ ਵਿੱਚੋਂ 11 ਦਿਨ ਜਿਹੜੇ ਆ ਉਹ ਡਰੋਪ ਕਰ ਦਿੱਤੇ ਗਏ ਉਸ ਸੁਧਾਰ ਤੋਂ ਬਾਅਦ ਅਗਲੇ ਸਾਲ 1753 ਦੇ ਵਿੱਚ ਠੀਕ ਹੈ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਜਿਹੜਾ ਉਸ ਸੁਧਾਰ ਤੋਂ ਬਾਅਦ 1753 ਦਾ ਆ ਸਕਰੀਨਸ਼ੋਟ ਆ 3 ਜਨਵਰੀ ਨੂੰ ਚਲਾ ਗਿਆ ਠੀਕ ਹੈ ਜੀ ਇਹ ਕੰਨੂ ਪਿੱਲੇ ਦਾ ਹੈ ਆ ਪੁਰੇਵਾਲ ਜੀ ਦਾ ਇਹਨਾਂ ਦਾ ਵੀ ਇਹਨਾਂ ਦਾ 2 ਜਨਵਰੀ ਨੂੰ ਚਲਾ ਗਿਆ ਸੀ 1753 ਦੇ ਵਿੱਚ ਕਿਉਂਕਿ ਸੰਗਰਾਂਦ ਦਾ ਜਿਹੜਾ ਕੰਨੂ ਪਿੱਲੇ ਦਾ ਤਾਮਿਲਨਾਡੂ ਵਾਲਾ ਸਿਧਾਂਤ ਆ ਤੇ ਪੁਰੇਵਾਲ ਜੀ ਦਾ ਪੰਜਾਬ ਵਾਲਾ ਹੈ ਉਹਦੇ ਕਰਕੇ ਕਈ ਵਾਰ 1 ਦਿਨ ਦਾ ਫਰਕ ਪੈਂਦਾ ਕਈ ਵਾਰ ਫਿਰ ਮੈਚ ਕਰ ਠੀਕ ਹੈ 1753 ਦੇ ਵਿੱਚ ਹੀ ਇਹ ਦਿਹਾੜਾ ਜਿਹੜਾ ਆ ਉਹ 2 ਜਾਂ 3 ਜਨਵਰੀ ਤੇ ਜਾ ਚੁੱਕਾ ਸੀ ਠੀਕ ਹੈ ਜੀ ਫਿਰ ਅਸੀਂ ਆ ਜਾਂਦੇ ਹਾਂ ਹਾਂਜੀ ਇਹ ਜਿਹੜੀ ਜਿਹੜਾ ਫਰਕ ਆ ਇਹ ਕਿਸ ਤਰ੍ਹਾਂ ਪੈਂਦਾ ਹੈ ਉਹਦੇ ਵਾਸਤੇ ਤੁਹਾਨੂੰ ਮੈਂ ਥੋੜ੍ਹਾ ਜਿਹਾ ਜੂਲੀਅਨ ਅਤੇ ਗ੍ਰੈਗੋਰੀਅਨ ਦੀਆਂ ਤਰੀਕਾਂ ਦਿਖਾਉਣੀਆਂ ਚਾਹਾਂਗਾ
हाँ देखो 1666 के जूलियन ते ग्रिगोरियन दे विच जिहड़ा फर्क है जम्मू जी कह रहे ने बिल्कुल इन्ने सी 22 दिसंबर जूलियन नूं 1 जनवरी ग्रिगोरियन सी तुहाडे सामने पर सोध तो पहलों ही 1751 दे विच जूलियन ते ग्रिगोरियन दा फर्क कितना पै गया सी 22 दिसंबर ते 2 जनवरी हो चुकी सी ठीक है फिर गुरु गोबिंद सिंह पातशाह दे प्रकाश पुरब तो 200 साल बाद 1866 दे विच इह फर्क जिहड़ा है 22 दिसंबर ते 3 जनवरी दा हो चुका सी 1966 ਦੇ ਵਿੱਚ ਇਹ ਫਰਕ 22 ਦਸੰਬਰ ਤੇ 4 ਜਨਵਰੀ ਦਾ ਹੋ ਚੁੱਕਾ ਸੀ ਤੁਹਾਡੇ ਸਾਹਮਣੇ ਜਦੋਂ 1999 ਦੇ ਵਿੱਚ ਪਾਲ ਸਿੰਘ ਪੁਰੇਵਾਲ ਨੇ ਆਪਣਾ ਕੰਮ ਕੀਤਾ ਤੇ ਉਦੋਂ ਤੱਕ ਉਹਨਾਂ ਨੇ 5 ਦਿਨ ਦਾ ਜਿਹੜਾ 5 ਜਨਵਰੀ ਤੱਕ ਦਾ ਫਰਕ ਜਿਹੜਾ 22 ਦਸੰਬਰ ਤੇ 5 ਜਨਵਰੀ ਜਿਹੜਾ ਉਹ ਕੈਲਕੂਲੇਟ ਕੀਤਾ ਤੇ ਉਹਨਾਂ ਨੇ 22 ਦਸੰਬਰ ਜੂਲੀਅਨ ਦੀ ਬਜਾਏ 4 ਜਨਵਰੀ ਜਿਹੜਾ ਗ੍ਰੇਗੋਰੀਅਨ ਆ ਉਹਨੂੰ ਮੰਨਿਆ ਕਿਉਂਕਿ ਉਹਨਾਂ ਦੋਵਾਂ 'ਚ ਫਰਕ ਕਿੰਨਾ ਪੈ ਚੁੱਕਾ ਸੀ ਆਹ ਉਹਦਾ ਚਾਰਟ ਵੀ ਤੁਹਾਨੂੰ ਵਿਖਾ ਦੇਣਾ ਕਿ ਫਰਕ ਕਿੱਦਾਂ ਪੈਂਦਾ ਆ ਵੇਖੋ 1582 ਤੋਂ 1700 ਤੱਕ ਫਰਕ 10 ਦਿਨਾਂ ਦਾ ਰਿਹਾ ਦੋਵਾਂ 'ਚ 1700 ਤੋਂ 1800 ਤੱਕ 11 ਦਿਨ ਦਾ ਹੋ ਗਿਆ 1800 ਤੋਂ 1900 ਤੱਕ 12 ਦਿਨ ਦਾ 1900 ਤੋਂ 2100 ਤੱਕ 13 ਦਿਨ ਦਾ ਅੱਗੇ ਇਹ 14 ਦਿਨ ਦਾ ਇੱਦਾਂ ਇਹ ਫਰਕ ਜਿਹੜਾ ਇਹ ਵੱਧਦਾ ਹੀ ਜਾਣਾ ਆਉਣ ਵਾਲੇ ਸਮੇਂ 'ਚ ਠੀਕ ਹੈ ਅੱਛਾ ਹੁਣ ਜਿਹੜੀ ਗੱਲ ਜੰਮੂ ਜੀ ਨੇ ਕੀਤੀ ਕਿ ਦੋ ਤਰੀਕਾਂ ਨੇ ਭਾਈ ਉਹ ਜੇ ਤਰੀਕ ਅਸੀਂ ਦੂਸਰੀ ਮੰਨਾਂਗੇ ਤੇ ਹੋ ਸਕਦਾ ਕਿ ਬੰਦਾ ਫੇਲ ਹੋ ਜਾਵੇ ਉਹ ਦੂਜਾ ਗਲਤ ਜਵਾਬ ਦੇ ਜਾਵੇ ਉਹਦੇ ਵਾਸਤੇ ਮੈਂ ਇੱਕ ਐਗਜ਼ਾਮਪਲ ਹੋਰ ਦਿੰਦਾ ਹਾਂ ਬਿਲਕੁਲ ਸੇਮ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਪਰਦਾਇਕ ਧਿਰਾਂ ਤੇ ਪਾਲ ਸਿੰਘ ਪੁਰੇਵਾਲ ਦਾ ਵਿਰੋਧ ਕਰਨ ਵਾਲੇ ਸਾਰੇ ਬੰਦੇ ਖੁਦ ਇਹੋ ਹੀ ਫਾਰਮੂਲਾ ਕਿੱਦਾਂ ਵਰਤ ਰਹੇ ਨੇ ਇੱਕ ਚੀਜ਼ ਮੈਂ ਥੋੜ੍ਹੀ ਜਿਹੀ ਹੋਰ ਸੱਚ ਕਲੀਅਰ ਕਰ ਦੇਵਾਂ ਪਹਿਲਾਂ ਜਿਹੜਾ ਫਰਕ ਇਹ ਤਾਂ ਪੈ ਗਿਆ ਸੀ ਜੂਲੀਅਨ ਤੇ ਗ੍ਰਿਗੋਰੀਅਨ ਦੇ ਰਾਹੀਂ ਕੁਛ ਫਰਕ ਜਦੋਂ 1752 ਦੇ ਵਿੱਚ ਸੋਧ ਲਾਗੂ ਹੋ ਗਈ ਤੇ 1 ਜਨਵਰੀ ਆ ਗਈ ਉਸ ਤੋਂ ਬਾਅਦ ਅਸੀਂ ਕਹਿੰਦੇ ਕਿ ਫਰਕ ਕਿੱਦਾਂ ਪਿਆ ਅੱਗੇ ਹਰ 72 ਸਾਲ ਬਾਅਦ ਵਿਕਰਮੀ ਕੈਲੰਡਰ ਤੇ ਗ੍ਰਿਗੋਰੀਅਨ ਕੈਲੰਡਰ ਦਾ 1 ਦਿਨ ਦਾ ਫਰਕ ਪੈਂਦਾ ਉਹ ਫਰਕ ਵੀ ਕਾਊਂਟ ਕਰਦਿਆਂ 5 ਜਨਵਰੀ ਤੱਕ ਪਹੁੰਚ ਜਾਂਦਾ ਹੈ ਤੁਸੀਂ ਕੰਨੂ ਕਿਲੇ ਦੀ ਜੰਤਰੀ 'ਚ ਵੇਖ ਸਕਦੇ ਹੋ ਤੁਸੀਂ ਪਾਲ ਸਿੰਘ ਪੁਰੇਵਾਲ ਦੀ ਯੰਤਰੀ 'ਚ ਵੀ ਵੇਖ ਸਕਦੇ ਹੋ ਤੁਸੀਂ ਆਨਲਾਈਨ ਕਨਵਰਟਰ ਕੋਈ ਵੀ ਲੈ ਕੇ ਉਹਦੇ ਵਿੱਚ ਇਹ ਚੈੱਕ ਕਰ ਸਕਦੇ ਹੁਣ ਮੈਂ ਉਸ ਧਿਰ ਦੀ ਗੱਲ ਕਰਾਂਗਾ ਜਿਹੜੀ ਪਾਲ ਸਿੰਘ ਪੁਰੇਵਾਲ ਦੇ ਫਾਰਮੂਲੇ ਨੂੰ ਗਲਤ ਸਾਬਤ ਕਰਦੀ ਹੈ ਕਿ ਇਸ ਫਾਰਮੂਲਾ ਇਹ ਸਹੀ ਨਹੀਂ 5 ਜਨਵਰੀ ਕਿੱਦਾਂ ਉਹਨਾਂ ਦੇ ਉਹ ਕੀ ਕਰ ਰਹੇ ਨੇ ਉਹਨਾਂ ਦੇ ਵਾਸਤੇ ਮੈਂ ਇੱਕ ਡਾਟਾ ਜਿਹੜਾ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂਜੀ ਆ ਇਸ ਸਾਲ ਵਿਸਾਖੀ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੈਲੰਡਰ ਦਾ ਸਕਰੀਨਸ਼ਾਟ ਹੈ ਜੀ ਇੱਕ ਵਿਸਾਖ ਜਿਹੜਾ 14 ਅਪ੍ਰੈਲ ਨੂੰ ਆ ਗਿਆ ਆ ਤੁਹਾਡੇ ਸਾਹਮਣੇ ਵਿਸਾਖ ਦਾ ਮਹੀਨਾ 1 ਅਪ੍ਰੈਲ 14 1699 ਦੇ ਵਿੱਚ ਇੱਕ ਵਿਸਾਖ ਜਿਹੜਾ ਉਹ 30 ਮਾਰਚ ਨੂੰ ਸੀ ਕੰਨੂ ਪਿੱਲੇ ਦੇ ਹਿਸਾਬ ਨਾਲ ਤੇ ਪਾਲ ਸਿੰਘ ਪੁਰੇਵਾਲ ਦੇ ਹਿਸਾਬ ਨਾਲ ਉਹ 29 ਮਾਰਚ ਸੀ ਉਹੀ ਸੰਗਰਾਂਦ ਦੀ 1 ਦਿਨ ਦਾ ਕੈਲਕੂਲੇਸ਼ਨ ਤਾਮਿਲਨਾਡੂ ਤੇ ਪੰਜਾਬ ਦਾ ਜਿਹੜਾ ਉਹ ਚੱਲਦਾ ਠੀਕ ਹੈ ਇਹੀ ਫਰਕ 1751 ਦੇ ਵਿੱਚ ਉਦੋਂ ਹਲੇ ਕਿ ਗ੍ਰਿਗੋਰੀਅਨ ਵਾਲੀ ਸੋਧ ਲਾਗੂ ਨਹੀਂ ਸੀ ਹੋਈ ਪਰ 1751 ਤੱਕ ਜਾਂਦਿਆਂ ਜਾਂਦਿਆਂ ਇਹ ਫਰਕ ਜਿਹੜਾ ਉਹ ਵੱਧ ਚੁੱਕਾ ਸੀ ਫਿਰ ਮੈਂ ਵਿਸਾਖੀ ਜੇ ਹਾਂਜੀ 1753 ਦੀ ਵਿਸਾਖੀ ਹੈ ਸੋਧ ਤੋਂ ਬਾਅਦ ਇਹ ਪੁਰੇਵਾਲ ਜੀ ਦੀ ਯੰਤਰੀ ਦੇ ਹਿਸਾਬ ਨਾਲ ਵਿਸਾਖੀ ਗ੍ਰਿਗੋਰੀਅਨ ਵਾਲੀ ਸੋਧ ਲੱਗਣ ਤੋਂ ਬਾਅਦ 9 ਤਰੀਕ ਨੂੰ ਗਈ ਸੀ 9 ਅਪ੍ਰੈਲ ਨੂੰ ਚਲੀ ਗਈ ਕੰਨੂ ਪਿੱਲੇ ਵੀ ਇਹਨੂੰ 9 ਅਪ੍ਰੈਲ ਮੰਗ ਰਿਹਾ ਤੁਹਾਡੇ ਸਾਹਮਣੇ ਇੱਕ ਵਿਸਾਖ ਮੰਡੇ 9 ਅਪ੍ਰੈਲ ਹੁਣ ਸਵਾਲ ਇਹ ਪੈਦਾ ਹੁੰਦਾ ਆ ਕਿ ਜਦੋਂ ਗ੍ਰਿਗੋਰੀਅਨ ਵਾਲੀ ਸੋਧ ਲੱਗਣ ਤੋਂ ਬਾਅਦ 9 ਅਪ੍ਰੈਲ ਸੀ ਤੇ ਅੱਜ 14 ਤੇ ਕਿੱਦਾਂ ਚਲੀ ਗਈ ਇਹਦਾ ਜਵਾਬ ਕਿ ਬਿਲਕੁਲ ਉਹੋ ਹੀ ਫਾਰਮੂਲਾ ਜਿਹਨੂੰ ਪਾਲ ਸਿੰਘ ਪੁਰੇਵਾਲ ਜੀ ਨੇ ਜਦੋਂ ਵਰਤਿਆ ਤੇ ਗਲਤ ਕਿਹਾ ਜਾ ਰਿਹਾ ਹੈ ਉਹੀ ਵਿਸਾਖੀ ਵਾਸਤੇ ਫਾਰਮੂਲਾ ਦੂਜੀ ਧਿਰ ਖੁਦ ਲਾਗੂ ਕਰ ਦਿਆ ਫਿਰ ਇੱਕ ਹੋਰ ਪਾਲ ਸਿੰਘ ਪੁਰੇਵਾਲ ਦੀ ਯੰਤਰੀ ਚ ਵੀ 12 ਤੇ ਚਲੀ ਗਈ ਸੀ ਅੱਜ ਇਹ ਫਰਕ ਜਿਹੜਾ ਪੈਂਦਾ ਪੈਂਦਾ 14 ਤੇ ਜਾ ਚੁੱਕਾ ਹੈ ਹੁਣ ਮੈਂ ਤੁਹਾਨੂੰ ਇੱਕ ਚੀਜ਼ ਵਰਕ ਵਿਖਾਉਣਾ ਚਾਹੁੰਦਾ ਉਹਨਾਂ ਲੋਕਾਂ ਦਾ ਜਿਹੜੇ ਇਹ ਸਭ ਤੋਂ ਜਿਹੜਾ ਬੰਦਾ ਪ੍ਰੋਮੀਨੈਂਟ ਅਸੀਂ ਕਹਿ ਸਕਦੇ ਹਾਂ ਜਿਹਦੇ ਬਾਰੇ ਜੰਮੂ ਜੀ ਨੇ ਵੀ ਗੱਲ ਕੀਤੀ ਸੀ ਕਿ ਕਰਨਲ ਨਿਸ਼ਾਨ ਜੀ ਵੈਸੇ ਵੀ ਉਹਨਾਂ ਦੀ ਕਿਤਾਬ ਬਾਰੇ ਬਾਅਦ 'ਚ ਗੱਲ ਕਰਨੀ ਸੀ ਪਰ ਕੁਦਰਤੀ ਅੱਜ ਇੱਥੇ ਕਰਨੀ ਪੈ ਰਹੀ ਹੈ ਹੁਣ ਡਾਟਾ ਦੇ ਹਿਸਾਬ ਨਾਲ
ਉਹ ਸਭ ਤੋਂ ਵੱਧ ਇਸ ਚੀਜ਼ ਨੂੰ ਕਹਿੰਦੇ ਨੇ ਕਿ ਪਾਲ ਸਿੰਘ ਪੁਰੇਵਾਲ ਨੇ 1 ਦਸੰਬਰ ਦੀ ਬਜਾਏ 1 ਜਨਵਰੀ ਦੀ ਬਜਾਏ 5 ਜਨਵਰੀ ਕੈਲਕੂਲੇਟ ਕਿੱਦਾਂ ਕਰ। ਹੁਣ ਜੇ ਤੁਸੀਂ ਉਹਨਾਂ ਦਾ ਆਪਣਾ ਕੰਮ ਵੇਖੋ ਕਰਨਲ ਨਿਸ਼ਾਨ ਜੀ ਦਾ ਤੇ ਆ ਵੇਖੋ ਉਹਨਾਂ ਨੇ ਜਿਹੜਾ ਕਿਹਾ ਕਿ ਕੈਲੰਡਰ ਹੋਣਾ ਚਾਹੀਦਾ, ਜਿਹੜਾ ਕੈਲੰਡਰ ਉਹਨਾਂ ਨੇ ਪ੍ਰੈਫਰ ਕੀਤਾ ਕਿ ਆਹ ਲਾਗੂ ਹੋਣਾ ਚਾਹੀਦਾ ਮੇਰਾ ਵੀ ਆਹ ਤਰੀਕਾ ਨੇ। 29 ਤਰੀਕ ਨੂੰ 1699 ਦੇ ਵਿੱਚ ਉਹਨਾਂ ਨੇ ਪੁਰਾਣੀ ਵਿਸਾਖੀ ਮੰਨੀ ਹੈ ਤੇ 8 ਨੂੰ ਉਹਨਾਂ ਕਿਹਾ ਕਿ ਨਵੀਂ ਜਿਹੜੀ ਆ ਉਹ ਆਉਂਦੀ ਹੈ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਰੀਆਂ ਧਿਰਾਂ ਜਿਹੜੀਆਂ ਜਿਹੜੀਆਂ ਉਸ ਕਿਤਾਬ ਨੂੰ ਐਂਡੋਰਸ ਕਰ ਰਹੀਆਂ ਨੇ, ਜਿਹੜੀਆਂ ਛਕਵਾ ਰਹੀਆਂ ਨੇ, ਉਹ ਸਾਰੀਆਂ ਖੁਦ ਵਿਸਾਖੀ ਜਿਹੜੀ ਆ ਉਹ 14 ਅਪ੍ਰੈਲ ਨੂੰ ਮਨਾਉਂਦੇ। ਕਿਉਂ? ਕਿਉਂਕਿ ਜਿਹੜੀ ਮੈਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਪਾਲ ਸਿੰਘ ਪੁਰੇਵਾਲ ਨੇ ਜਿਹੜਾ ਆਰਗੂਮੈਂਟ ਦਿੱਤਾ ਸੀ ਕਿ ਜਿੰਨੀ 1999 ਤੱਕ ਦੋਵਾਂ ਕੈਲੰਡਰਾਂ 'ਚ ਫਰਕ ਪੈ ਚੁੱਕਾ ਸਾਨੂੰ ਐਕਸੈਪਟ ਕਰ ਲੈਣਾ ਚਾਹੀਦਾ ਹੈ, ਸਾਨੂੰ ਪੁਰਾਣੇ ਸਾਰੀਆਂ ਤਰੀਕਾਂ ਨਹੀਂ ਸੋਧਣੀਆਂ ਚਾਹੀਦੀਆਂ। ਕਿਉਂ ਨਹੀਂ ਸੋਧਣੀਆਂ ਚਾਹੀਦੀਆਂ? ਕਿਉਂਕਿ ਜੇ ਅਸੀਂ ਸੋਧਣ ਬਹਿ ਜਾਵਾਂਗੇ ਤੇ ਪੁਰਾਣੇ ਸਰੋਤ ਜਿਹੜੇ ਆ ਉਹਨਾਂ ਦੇ ਨਾਲ ਸਾਡੀਆਂ ਤਰੀਕਾਂ ਅੱਜ ਮੈਚ ਨਹੀਂ ਕਰਨੀਆਂ। ਅਸੀਂ ਅੱਜ ਤੇ ਕਹਿ ਸਕਦੇ ਹਾਂ ਕਿ ਜਦੋਂ ਖਾਲਸਾ ਸਾਜਿਆ ਉਦੋਂ 29 ਮਾਰਚ ਸੀ, ਅੱਜ ਅਸੀਂ 14 ਅਪ੍ਰੈਲ ਮਨਾ ਰਹੇ ਹਾਂ। ਪਰ ਜੇ ਅਸੀਂ ਉਹ ਸੋਧ ਲਾਵਾਂਗੇ ਤੇ ਅਸੀਂ ਇਹ ਸਾਬਤ ਕਰਾਂਗੇ ਕਿ ਨਹੀਂ ਉਦੋਂ ਤੇ ਅਪ੍ਰੈਲ ਜਿਹੜੀ ਆ 8-9 ਸੀ, ਜਾਂ ਅਸੀਂ ਇੱਧਰੋਂ ਵੀ ਸਾਨੂੰ 14 ਛੱਡ ਕੇ 9 ਤੇ ਜਾਣਾ ਪਵੇਗਾ ਤੇ ਉੱਧਰੋਂ ਵੀ ਮੰਨਣਾ ਪਵੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ 9 ਤਰੀਕ ਨੂੰ ਸਾਜਿਆ ਸੀ 9 ਅਪ੍ਰੈਲ, ਜਿਹੜਾ ਕਿ ਟੈਕਨੀਕਲੀ ਮਤਲਬ ਮੀਨਿੰਗਲੈਸ ਹੈ। ਉਹ ਜਿਹੜੀ ਪ੍ਰੈਕਟਿਸ ਹੋਊਗੀ ਸਾਡੇ ਵਾਸਤੇ ਮੀਨਿੰਗਲੈਸ ਹੋਊਗੀ। ਹੁਣ ਇੱਕ ਕੰਮ ਕਰਨਲ ਨਿਸ਼ਾਨ ਜੀ ਦੇ ਕੰਮ ਦੇ ਵਿੱਚੋਂ ਤੁਹਾਨੂੰ ਮੈਂ ਹੋਰ ਦਿਖਾਉਣਾ ਚਾਹੁੰਦਾ। ਜੰਮੂ ਜੀ ਵੀ ਕਹਿੰਦੇ ਕਿ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ ਕਮੇਟੀ ਚੋਂ ਤੇ ਉਹ ਵਿਰੋਧ ਕਰਦੇ ਸੀ। ਉਹਨਾਂ ਦਾ ਆਪਣਾ ਕੰਮ ਮੈਂ ਤੁਹਾਨੂੰ ਦਿਖਾਵਾਂ ਕਿੱਦਾਂ। ਆ ਵੇਖੋ, ਚਲੋ ਮੈਂ ਉਹਨਾਂ ਦੀ ਜੰਮੂ ਜੀ ਮੇਰੀ ਗੱਲ ਕੰਪਲੀਟ ਹੋ ਜਾਂਦੀ। ਚਲੋ ਕਰ ਲਓ ਤੁਸੀਂ ਕਰਨਲ ਨਿਸ਼ਾਨ ਹੋਰਾਂ ਦੀ ਤੁਸੀਂ ਆਪਣਾ ਕੰਮ ਵੇਖੋ। ਉਹ ਪਾਲ ਸਿੰਘ ਪੁਰੇਵਾਲ ਤੇ ਇਹ ਚੀਜ਼ ਚਾਹੁੰਦੇ ਨੇ ਕਿ ਸਿਰਫ 10 ਹੀ ਦਿਨ ਦਾ ਫਰਕ ਹੋਣਾ ਚਾਹੀਦਾ, ਉਹ ਵਧਾ ਘਟਣਾ ਨਹੀਂ ਚਾਹੀਦਾ। ਪਰ ਆਪ ਤੁਸੀਂ ਵੇਖੋ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਜਿੱਥੇ ਗੱਲ ਕਰਦੇ ਨੇ ਉਹ ਕਹਿੰਦੇ ਕਿ ਓਲਡ ਕੈਲੰਡਰ ਦੇ ਜੂਲੀਅਨ ਦੇ ਹਿਸਾਬ ਨਾਲ 20 ਅਕਤੂਬਰ ਸੀ ਤੇ ਗ੍ਰਿਗੋਰੀਅਨ ਦੇ ਹਿਸਾਬ ਨਾਲ 29 ਅਕਤੂਬਰ ਬਣਦੀ। ਫਰਕ ਕਿੰਨਾ ਪਿਆ? 9 ਦਿਨ। ਪਰ ਜਦੋਂ ਦੂਜੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੇ ਜਾਂਦੇ ਨੇ ਤੇ ਉਹ 15 ਅਪ੍ਰੈਲ ਤੇ 25 ਅਪ੍ਰੈਲ ਕਰਕੇ ਫਰਕ 10 ਦਿਨ ਦਾ ਕਰ ਲੈਂਦੇ। ਕਿਉਂ? ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੋਂ ਗੁਰੂ ਅੰਗਦ ਸਾਹਿਬ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੱਕ ਜਾਂਦਿਆਂ ਸਾਲਾਂ ਦੇ ਹਿਸਾਬ ਨਾਲ ਫਰਕ ਜਿਹੜਾ 10 ਦਿਨ ਦਾ ਹੋ ਚੁੱਕਾ ਸੀ। ਤੀਜੇ ਪਾਤਸ਼ਾਹ ਦਾ ਫਿਰ ਉਹ 9 ਦਿਨ ਦਾ ਰੱਖਦੇ ਨੇ, 5 ਤੇ 14 ਤਰੀਕ। ਕਿਉਂ? ਕਿਉਂਕਿ ਤੀਜੇ ਪਾਤਸ਼ਾਹ ਦਾ ਪ੍ਰਕਾਸ਼ ਦੂਜੇ ਪਾਤਸ਼ਾਹ ਤੋਂ ਪਹਿਲਾਂ ਹੋਇਆ ਸੀ ਤੇ ਉਦੋਂ ਜੂਲੀਅਨ ਤੇ ਗ੍ਰਿਗੋਰੀਅਨ ਦਾ ਫਰਕ 9 ਦਿਨ ਦਾ ਸੀ, ਉਹ 9 ਦਾ ਰੱਖਦੇ। ਪਰ ਚੌਥੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੇ ਜਦੋਂ ਆਉਂਦੇ ਨੇ ਉਹਨੂੰ 24 ਤੇ 4 ਦੇ ਵਿੱਚ ਫਿਰ ਉਹ 10 ਦਿਨ ਦਾ ਕਰ ਲੈਂਦੇ, ਕਿਉਂਕਿ ਚੌਥੇ ਪਾਤਸ਼ਾਹ ਦੇ ਪ੍ਰਕਾਸ਼ ਵੇਲੇ ਜੂਲੀਅਨ ਤੇ ਗ੍ਰਿਗੋਰੀਅਨ ਦਾ ਫਰਕ 10 ਦਿਨ ਦਾ ਚੁੱਕਾ ਸੀ। ਆਪ ਉਹ ਜਿੱਥੇ 9 ਦਾ ਪੈਂਦਾ 9 ਦਾ ਪਾਉਂਦੇ ਨੇ, ਜਿੱਥੇ 10 ਦਾ ਪੈਂਦਾ 10 ਦਾ ਪਾਉਂਦੇ ਨੇ। ਪਰ ਪਾਲ ਸਿੰਘ ਪੁਰੇਵਾਲ ਦੇ ਉੱਤੇ ਉਹ ਇਹ ਚੀਜ਼ ਠੋਸਣਾ ਚਾਹੁੰਦੇ ਨੇ ਕਿ ਉਹਨਾਂ ਦਾ ਫਰਕ ਹਮੇਸ਼ਾ 10 ਹੀ ਦਿਨਾਂ ਦਾ ਰਹਿਣਾ ਚਾਹੀਦਾ। ਉਹ ਕਿਉਂ ਰਹਿਣਾ ਚਾਹੀਦਾ? ਉਹਦਾ ਕੋਈ ਫਾਰਮੂਲਾ ਦੱਸਦੇ ਨੇ ਵੀ ਕਿਉਂ ਰਹਿਣਾ ਚਾਹੀਦਾ। ਹਾਂਜੀ, ਤੇ ਜੇ ਅਸੀਂ ਇਹ ਚਾਹੁੰਦੇ ਹਾਂ ਕਿ ਕਿਉਂਕਿ ਵਿਸਾਖੀ ਵੀ ਸੂਰਜੀ ਪ੍ਰਵਿਸ਼ਟਾ ਹੈ ਤੇ 23 ਪੋਹ ਵੀ ਸੂਰਜੀ ਪ੍ਰਵਿਸ਼ਟਾ ਹੈ, ਜੇ ਵਿਸਾਖੀ ਸੂਰਜੀ ਪ੍ਰਵਿਸ਼ਟਾ ਜਿਹੜਾ ਆ ਉਹ 29 ਮਾਰਚ ਤੋਂ 14 ਅਪ੍ਰੈਲ ਤੱਕ 9 ਦਿਨਾਂ ਦਾ ਫਰਕ ਪੈਂਦਾ ਆ, ਤੇ ਉਹੀ ਸੇਮ ਫਰਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਾਲੇ 23 ਪੋਹ ਵਾਲੇ ਪ੍ਰਵਿਸ਼ਟੇ ਦਾ 22 ਦਸੰਬਰ ਤੋਂ 5 ਜਨਵਰੀ ਤੱਕ। ਦੋਵੇਂ ਕੈਲਕੂਲੇਸ਼ਨਾਂ ਸੇਮ ਨੇ, ਪਰ ਇੱਕ ਨੂੰ ਸ਼੍ਰੋਮਣੀ ਕਮੇਟੀ ਤੇ ਸੰਪਰਦਾਇਕ ਧਿਰਾਂ ਐਕਸੈਪਟ ਕਰਕੇ ਮਨਾ ਰਹੀਆਂ ਨੇ, ਦੂਜੀ ਨੂੰ ਉਹ ਗਲਤ ਸਾਬਤ ਕਰ ਰਹੀ। ਹਾਂਜੀ, ਹੁਣ ਤੁਸੀਂ ਆਪਣਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਹੁਣ ਜਦ ਤੱਕ ਮੈਂ ਜਵਾਬ ਦੇ ਲਾ ਨਾ, ਤੁਸੀਂ ਮੈਨੂੰ ਟੋਕੀ ਹੋਣਾ। ਨਹੀਂ, ਤੁਸੀਂ ਜਵਾਬ ਦਿਓ। ਠੀਕ ਹੈ, ਪਹਿਲੀ ਗੱਲ ਤੇ ਇਹ ਕਿ ਕੰਨੂ ਪਿੱਲੇ ਜੀ ਜਿਹੜੇ ਨੇ ਉਹ ਇੱਕ ਜੰਤਰੀ ਲਿਖ ਰਹੇ ਸੀਗੇ, ਠੀਕ ਹੈ ਜੀ, ਇਤਿਹਾਸ ਦੀ ਕਿਤਾਬ ਨਹੀਂ ਸੀ ਲਿਖ ਰਹੇ। ਫਸਟ, ਸੈਕਿੰਡ ਡਿਫਰੈਂਸ, ਅਗਰ ਅੱਜ ਕੋਈ ਕੰਨੂ ਪਿੱਲੇ ਜੀ ਵਰਗਾ ਬੰਦਾ 200 ਸਾਲ ਬਾਅਦ ਆ ਜਾਏ ਦ੍ਰਿਗ ਗਣਿਤ ਦੇ ਉੱਪਰ, ਉਹਦੇ ਮੁਤਾਬਕ, ਜਾਂ ਜਿਹਨੂੰ ਕੰਨੂ ਪਿੱਲੇ ਜੀ ਮੰਨਦੇ ਉਹਦੇ ਮੁਤਾਬਕ ਹਿਸਾਬ ਕਰਨ ਆ ਜਾਏ, ਤੇ ਅਗਰ ਉਹ ਗ੍ਰਿਗੋਰੀਅਨ ਦੀ ਉਸ ਸਕੀਮ ਦੇ ਮੁਤਾਬਕ, ਗ੍ਰਿਗੋਰੀਅਨ ਦੀ ਸਕੀਮ ਦੇ ਮੁਤਾਬਕ
ਜੇ ਉਹਨੂੰ ਪੋਸਟ ਫੈਕਟੋ ਅਗਰ ਉਹ ਕਾਊਂਟ ਕਰਕੇ ਤੇ ਇਹ ਕਹਿ ਦੇਵੇ ਕਿ ਅੱਜ ਦੀ ਤਾਰੀਖ ਦੇ ਵਿੱਚ ਜੰਤਰੀ 'ਚ ਲਿਖਦੇ ਕਿ ਅੱਜ ਦੇ ਤਾਰੀਖ ਵਿੱਚ ਅਗਰ ਉਸ ਫਾਰਮੂਲੇ ਨੂੰ ਹੁਣ ਲਾਗੂ ਕੀਤਾ ਜਾਏ ਤੇ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਬਣਦਾ 10 ਜਨਵਰੀ ਤੇ ਫਿਰ ਕੀ ਹੁਣ ਅਸੀਂ ਉਸ 200 ਸਾਲ ਪੈਦਾ ਬਾਅਦ ਪੈਦਾ ਹੋਣ ਵਾਲੇ ਕੰਨੂ ਪਿੱਲੇ ਵਰਗਾ ਬੰਦੇ ਨੂੰ ਉਹਨੂੰ ਮੰਨ ਲਵਾਂਗੇ ਉਹ ਰੈਫਰੈਂਸ ਬਣ ਜਾਏਗਾ लागू होने पहला जन्म ले चुका है रेट्रोस्पेक्टिवली डेट डेट ऑफ बर्थ थोड़ी चेंज कर देंगे नहीं कर सकते नहीं कर सकते चेंज इजी बस आईएएस ਵਿੱਚ ਆਉਣ ਵਾਲਾ ਸਵਾਲ ਅਗਰ ਮੁੰਡਾ ਟਿਕ ਕਰ ਦੇਗਾ ਉਹੋ ਜਿਹਾ 4 ਨੰਬਰ ਵਸੇ ਫੇਲ ਹੋ ਜਾਏ ਪਾਸਪੋਰਟ ਪ੍ਰਵਾਲੀ ਕੀਤੀ ਹੈ ਇੱਕ ਮਿੰਟ ਤੁਸੀਂ ਤੇ ਆਪ ਕਹਿ ਰਹੇ ਹੋ ਉਹਨਾਂ ਨੇ ਇਸ ਤਰ੍ਹਾਂ ਕੀਤੀ ਹੈ ਨਹੀਂ ਬਣਦੇ ਸੀ ਨਹੀਂ ਪਾਸਪੋਰਟ ਪ੍ਰਵਾਲੀ ਕਿਤੇ ਲਿਖਿਆ ਸੀ ਗੁਰੂ 5 ਜਨਵਰੀ ਉਹ ਨੱਥੀ ਜੇ ਕਰ ਬਠੇ 5 ਜਨਵਰੀ ਨਾਲ ਪਾਸਪੋਰਟ ਪ੍ਰਵਾਲੀ ਕਿਤੇ ਕਿਹਾ ਕਿ 1666 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 22 ਦਸੰਬਰ ਨਹੀਂ ਸੀ ਕੀ ਹੋਇਆ ਨਹੀਂ ਗਿਆ ਨਾ ਤੇ 5 ਜਨਵਰੀ ਨਹੀਂ ਹੈ ਨਾ ਮੈਂ ਇਹਦੇ ਕਹਿ ਰਿਹਾ ਪੂਰੇ ਬਾਜੀ ਨੇ ਆਪ ਤੇ ਮੰਨ ਲਿਆ ਕਿ ਨਹੀਂ ਸੀ ਫਿਰ ਅਸੀਂ ਕਿਉਂ ਬੜਾ ਜਿਹੜੀ ਕੈਲਕੂਲੇਸ਼ਨ ਮੈਂ ਦੱਸੀ ਤੁਹਾਡੀ ਸਮਝ ਨਹੀਂ ਆਈ ਉਹ ਵੀਰ ਜੀ ਮੇਰੀ ਸਮਝ ਚ ਆ ਗਈ ਆ ਤੁਹਾਡੀ ਸਮਝ ਦੀ ਗੱਲ ਨਹੀਂ ਆ ਰਹੀ ਫਿਰ ਵਿਸਾਖੀ 14 ਤੇ ਕਿੱਦਾਂ ਗਈ ਮੈਨੂੰ ਐਕਸਪਲੇਨ ਕਰੋ ਵਿਸਾਖੀ 14 ਤੇ ਕਿੱਦਾਂ ਜਾਂਦੀ ਕਿਹੜੀ ਕੈਲਕੂਲੇਸ਼ਨ ਵਿਸਾਖੀ 14 ਇਸ ਵਸੇ ਗਈ ਕਿਉਂਕਿ ਉਹ ਚੰਦਰਵੀ ਤਾਰੀਖ ਨਹੀਂ ਆ ਤੇ ਗੁਰੂ ਗੋਬਿੰਦ ਸਿੰਘ ਦਾ 23 ਪੋਵੀ ਚੰਦਰਵੀ ਤਾਰੀਖ ਨਹੀਂ ਆ 23 ਪੋਵਾ ਮੇਰੀ ਗੱਲ ਸੁਣ ਲਓ ਇੱਕ ਮਿੰਟ ਮੇਰੀ ਗੱਲ ਸੁਣ ਲਓ ਹੁਣ ਮੇਰੀ ਗੱਲ ਸੁਣ ਲਓ ਇੱਕ ਛੋਟੀ ਜੀ ਗੱਲ ਇਹ ਦੱਸੋ ਕਿ ਡੇਟ ਆਫ ਬਰਥ ਤੁਸੀਂ ਸੁਣ ਲਓ ਮੈਂ ਸਵਾਲ ਨਹੀਂ ਕਰਦਾ ਤੁਹਾਨੂੰ ਤੁਸੀਂ ਸੁਣ ਹੀ ਲਓ ਇੱਕ ਹੁੰਦੀ ਹੈ ਡੇਟ ਆਫ ਬਰਥ ਨੋਟ ਕਰ ਲਓ ਡੇਟ ਆਫ ਬਰਥ ਇੱਕ ਹੁੰਦਾ ਬਰਥਡੇ ਆ ਗਏ ਦੋ ਚੀਜ਼ਾਂ ਇੱਕ ਆ ਗਈ ਡੇਟ ਆਫ ਬਰਥ ਇੱਕ ਹੋ ਗਿਆ ਬਰਥਡੇ ਡੇਟ ਆਫ ਬਰਥ ਵਿੱਚ ਕੀ ਹੁੰਦਾ ਦਿਨ ਮਹੀਨਾ ਤੇ ਸਾਲ ਜਿਹੜੀ ਕਿ ਬੰਦੇ ਦੇ ਸਾਰੇ ਡਾਕੂਮੈਂਟਸ ਵਿੱਚ ਦਰਜ ਹੁੰਦੀ ਹੈ ਠੀਕ ਹੈ ਜੀ ਬਰਥਡੇ ਕੀ ਹੁੰਦਾ ਇੱਕ ਦਿਨ ਇੱਕ ਮਹੀਨਾ ਸਾਲ ਨਹੀਂ ਮੈਂਸ਼ਨ ਹੁੰਦਾ ਇੰਪੋਰਟੈਂਟ ਕੀ ਹੈ ਹਿਸਟੋਰੀਕਲੀ ਇੰਪੋਰਟੈਂਟ ਕੀ ਹੈ ਹਿਸਟੋਰੀਕਲੀ ਇੰਪੋਰਟੈਂਟ ਹੈ ਕਿ ਉਹ ਜਿਸ ਦਿਨ ਬੰਦਾ ਪੈਦਾ ਹੋਇਆ ਉਸ ਦਿਨ ਤਾਰੀਖ ਡੇਟ ਆਫ ਬਰਥ ਕੀ ਸੀ ਹਾਂ ਉਸ ਦਿਨ ਕੀ ਸੀ ਬਿਲਕੁਲ ਉਸ ਦਿਨ 22 ਦਸੰਬਰ 1999 ਨੂੰ ਕੀ ਸੀ ਇਹ ਨਹੀਂ ਮੈਟਰ ਕਰਦਾ ਹਾਂਜੀ ਬਿਲਕੁਲ 1999 ਨੂੰ ਕੀ ਬਣਦੀ ਸੀ ਇਹ ਮੈਟਰ ਨਹੀਂ ਕਰਦਾ ਬਿਲਕੁਲ ਤੇ 5 ਜਨਵਰੀ ਗਲਤ ਹੈ ਠੀਕ ਹੈ ਸਿੰਪਲ ਜੀ ਗੱਲ ਨਹੀਂ ਸਮਝ ਰਹੇ ਹਾਂ ਖਾਲਸਾ ਕਿਸ ਦਿਨ ਪੈਦਾ ਹੋਇਆ ਸਰ ਉਹ ਜਿਲੇ ਅਸੀਂ ਉਹਦੀ ਡੇਟ ਕਰਾਂਗੇ ਹਿਸਟੋਰੀਕਲੀ ਤੇ ਉਹ 29 ਮਾਰਚ ਹੀ ਗਣੀ ਜਾਏਗੀ ਇਤਿਹਾਸਿਕ ਕਿਤਾਬਾਂ 'ਚ ਇਤਿਹਾਸਿਕ ਕਿਤਾਬਾਂ 'ਚ 29 ਮਾਰਚ ਅੱਜ ਅਸੀਂ ਕਿੰਨੇ ਨੂੰ ਮਨਾ ਰਹੇ ਹਾਂ ਮਨਾਉਣ ਦੀ ਗੱਲ ਤਾਂ ਡੇਟ ਆਫ ਬਰਥ ਆ ਗਈ ਨਾ ਆਪਣਾ ਜਨਮ ਦਿਹਾੜਾ ਕਿੰਨੇ ਨੂੰ ਮਨਾ ਰਹੇ ਅਸੀਂ ਅੱਜ ਪੱਕੀ ਤੇ ਨਾ ਨੱਥੀ ਦੇ ਨਹੀਂ ਨਾ ਹੋਈ ਇੱਕ ਮਿੰਟ ਉਹ ਪੱਕੀ ਤੇ ਨੱਥੀ ਨਹੀਂ ਜਨਮ ਜੀ ਅੱਜ ਦੀ ਸੈਲੀਬ੍ਰੇਸ਼ਨ ਜਿਹੜੀ ਹੈ ਸਿੰਪਲ ਗੱਲ ਹੈ ਅੱਜ ਦੀ ਸੈਲੀਬ੍ਰੇਸ਼ਨ ਜਿਹੜੀ ਹੈ ਵੀਰ ਜੀ ਅੱਜ ਦੀ ਸੈਲੀਬ੍ਰੇਸ਼ਨ ਇੱਕ ਡੇਟ ਆਫ ਬਰਥ ਦੇ ਨਾਲ ਪੱਕੀ ਨੱਥੀ ਨਹੀਂ ਕੀਤੀ ਗਈ ਜੰਮੂ ਜੀ ਜਿਹੜੀ ਗੱਲ ਮੈਂ ਪੁੱਛ ਰਿਹਾ ਵਾਂ ਤੁਸੀਂ ਕਿਹਾ ਸੀ ਕਿ ਬੰਦੇ ਦਾ ਜਨਮ ਤਰੀਕ ਜਿਹੜੀ ਆ ਉਹ ਸਨ ਨਹੀਂ ਬਦਲਿਆ ਜਾ ਸਕਦਾ ਕਿਸੇ ਬੰਦੇ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ 22 ਦਸੰਬਰ 1666 ਨੂੰ ਨਹੀਂ ਸਨ ਪ੍ਰਕਾਸ਼ ਹੋਇਆ ਉਹਨਾਂ ਦਾ ਨਹੀਂ ਸੀ ਹੋਇਆ ਕਿਸੇ ਨੇ ਆ ਗਿਆ ਨਾ ਉਸ ਵਿਕੀਪੀਡੀਆ ਵਿੱਚ ਲਿਖਿਆ ਨਾ ਕਿ ਵਿਕੀਪੀਡੀਆ ਵਿੱਚ ਗਲਤ ਲਿਖ ਦਿੱਤਾ ਜੇ ਵਿਕੀਪੀਡੀਆ ਨੇ ਗਲਤ ਲਿਖ ਦਿੱਤਾ ਤਾਂ ਉਹ ਗਲਤੀ ਪਾਸਿੰਗ ਪੁਰੇਵਾਲ ਤੇ ਪਾ ਦੇਣੀ ਨਹੀਂ ਮੈਂ ਪੁਰੇਵਾਲ ਜੀ ਤੇ ਥੋੜੀ ਪਾ ਰਿਹਾ ਮੈਂ ਪਾ ਰਿਹਾ ਕਿ ਉਹਦਾ ਜਿਹੜਾ ਇੰਪੈਕਟ ਹੈ ਪੁਰੇਵਾਲ ਜੀ ਦੇ ਡੇਟ ਫਿਕਸੇਸ਼ਨ ਦਾ ਉਹ ਸਾਰੀ ਇਤਿਹਾਸਿਕ ਕਿਤਾਬਾਂ ਜਾ ਰਿਹਾ ਹੁਣ ਜੰਮੂ ਜੀ ਵੇਖੋ ਤੇ 14 ਕਿਦਾਂ ਆ ਰਿਹਾ ਤੁਸੀਂ ਮੈਨੂੰ ਦੱਸੋ ਜਾਂ 5 ਜਨਵਰੀ ਅਸੀਂ ਬਣਾਤਾ ਤਾਂ ਫਿਰ ਆਏਗਾ ਨਾ ਮੈਂ ਤੁਹਾਨੂੰ ਅੱਜ ਪੁੱਛਦਾ ਹਾਂ ਤੁਹਾਨੂੰ ਜਾਂ ਕਿਸੇ ਬੰਦੇ ਨੂੰ ਪੁੱਛਦਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਕਦੋਂ ਹੋਇਆ ਤੇ ਉਹ ਲਿਖੇਗਾ 22 ਦਸੰਬਰ 1666 ਤੇ ਫਰਕ ਕਿੱਥੇ ਪੈਗਾ ਭਾਈ ਜੇ ਡੇਟ ਪੁੱਛੋਗੇ 22 ਦਸੰਬਰ ਹਾਂ ਖਾਲਸਾ ਕਦੋਂ ਪ੍ਰਗਟ ਹੋਇਆ 29 ਮਾਰਚ 1699 ਠੀਕ ਹੈ ਦੋਵੇਂ ਇਹੋ ਦੱਸੇਗਾ ਅੱਛਾ ਜੇ ਕੋਈ ਪੁੱਛਦਾ ਕਿ ਇਸ ਸਾਲ ਖਾਲਸੇ ਦਾ ਖਾਲਸੇ ਦਾ ਪ੍ਰਗਟ ਦਿਹਾੜਾ ਕਦੋਂ ਹੈ ਜਿਸ ਸਾਲ ਨੂੰ ਅਸੀਂ ਜੇ ਲਿਊਨੀਸੋਲਰ ਪੱਧਤੀ ਵਿੱਚ ਜਾਵਾਂਗੇ ਤੇ ਦਿਨ ਉਹੀ ਬਣੇਗਾ ਨਾ ਕੈਲਕੂਲੇਸ਼ਨ ਦੇ ਵਿੱਚ ਰਿਗਰੈਸ਼ਨ ਬੈਕ ਉਹੀ ਹੋਏਗੀ ਨਾ ਪੱਧਤੀਆਂ ਛੱਡ ਦਿਓ
अपना खालसे का प्रगट दिहाड़ा कदों है? 13-14 ਨੂੰ ਹੁੰਦਾ ਹੈ, ਇੱਥੇ 13-14 ਨੂੰ ਘੁੰਮ ਰਿਹਾ। 14 ਅਪ੍ਰੈਲ ਖਾਲਸਾ ਪ੍ਰਗਟ ਹੋਇਆ ਸੀ 29 ਮਾਰਚ ਨੂੰ। ਇਹ ਫਰਕ ਕਿਹੜੀ ਕੈਲਕੂਲੇਸ਼ਨ ਨਾਲ ਆ ਗਿਆ? ਇਹ ਫਰਕ ਤਾਂ ਤੁਸੀਂ ਵੀ ਐਕਸੈਪਟ ਕਰਦੇ ਹੋ, ਕਿਉਂ ਐਕਸੈਪਟ ਕਰਦੇ ਹੋ ਇਹਨੂੰ? ਇਹ ਫਰਕ ਕੈਲਕੂਲੇਸ਼ਨ ਨਹੀਂ, ਇਹ ਲਿਊਨੀਸੋਲਰ ਪੱਧਤੀ ਨਾਲ ਹੀ ਅੱਗੇ ਆ ਰਿਹਾ। ਕਿਹੜੀ ਪੱਧਤੀ ਨਾਲ? ਲਿਊਨੀਸੋਲਰ ਪੱਧਤੀ ਦੇ ਨਾਲ ਹੀ ਅੱਗੇ ਆ ਰਿਹਾ 14 ਤੇ। ਜੰਮੂ ਜੀ, ਅਸੀਂ ਜਦੋਂ ਤੁਸੀਂ ਇੱਕ ਨੁਕਤਾ ਨਹੀਂ ਸਿਰਫ ਸਮਝ ਰਹੇ ਕਿ ਜਦੋਂ 2003 ਦੇ ਵਿੱਚ ਜਦੋਂ 1699 ਤੋਂ ਜੇ ਅਸੀਂ ਪਾਲ ਸਿੰਘ ਪੁਰੇਵਾਲ ਵਾਲੇ ਕੈਲੰਡਰ ਨੂੰ ਐਕਸੈਪਟ ਕਰਨਾ ਆ ਤੇ ਅਸੀਂ ਲੂਨੀ ਸੋਲਰ ਦੇ ਨਾਲ ਕੈਲਕੂਲੇਸ਼ਨ ਨਹੀਂ ਕਰਨੀ, ਕਿਉਂਕਿ ਜਦੋਂ ਗ੍ਰਿਗੋਰੀਅਨ ਕੈਲੰਡਰ ਨੂੰ ਐਕਸੈਪਟ ਕਰ ਲਿਆ ਗਿਆ ਉਸ ਤੋਂ ਬਾਅਦ ਅੱਜ ਦੀਆਂ ਕੈਲਕੂਲੇਸ਼ਨ ਜੂਲੀਅਨ ਨਾਲ ਨਹੀਂ ਹੁੰਦੀਆਂ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਪੁਰੇਵਾਲ ਜੀ ਨੇ ਮੈਂ ਤੁਹਾਨੂੰ ਦੱਸਾਂ, ਇੱਕ ਮਿੰਟ, ਜਿਹੜਾ ਜਦੋਂ ਦ੍ਰਿਕ ਦੇ ਫਾਰਮੂਲੇ ਨੂੰ ਅਪਣਾ ਲਿਆ ਵਿਕਰਮੀ ਕੈਲੰਡਰ ਵਾਲਿਆਂ ਨੇ 1964 ਦੇ ਵਿੱਚ, ਕੀ ਉਸ ਤੋਂ ਬਾਅਦ ਅੱਜ ਦੀਆਂ ਕੈਲਕੂਲੇਸ਼ਨ ਤੁਸੀਂ ਸੂਰਜ ਇਸ ਤਰ੍ਹਾਂ ਕਰਦੇ ਹੋ? ਵੀਰ ਜੀ, ਦ੍ਰਿਕ ਗਣ ਦੇ ਕੈਲੰਡਰ ਦੇ ਵਿੱਚ ਉਹਨੇ ਕਿਤੇ ਨਹੀਂ ਅਪਣਾਇਆ ਕਿ ਮੈਂ ਹੁਣ ਇਹ ਤਰੀਕਾ ਇਸ ਤਰ੍ਹਾਂ ਇਹਦੇ ਪਰ ਗ੍ਰਿਗੋਰੀਅਨ ਸਿਸਟਮ ਲਾਗੂ ਕਰ ਰਿਹਾ। ਉਹ ਤੇ ਕੈਲਕੂਲੇਸ਼ਨ ਇੱਕ ਕੱਢੀ ਉਹਨੇ ਕੈਲਕੂਲੇਸ਼ਨ ਦੇ ਹਿਸਾਬ ਨਾਲ, ਕਿਤੇ ਕਰਨੂ ਪਹਿਲੇ ਨੇ ਕਿਹਾ ਕਿ ਮੈਂ ਗ੍ਰਿਗੋਰੀਅਨ ਰਿਫਾਰਮ ਲਾਗੂ ਕਰ ਰਿਹਾ ਵਿਕਰਮੀ ਕੈਲੰਡਰ ਦੇ ਉੱਪਰ। ਵੇਖੋ, ਇਹ ਜਿਹੜਾ ਦ੍ਰਿਕ ਗਣਿਤ ਤੇ ਸੂਰਜੀ ਸਿਧਾਂਤ ਜਿਹੜਾ ਵਾ, ਸੂਰਜੀ ਸਿਧਾਂਤ 1964 ਚ ਛੱਡਿਆ ਗਿਆ ਵਿਕਰਮੀ ਕੈਲੰਡਰ ਵੱਲੋਂ ਤੇ ਦ੍ਰਿਕ ਅਪਣਾਇਆ ਗਿਆ, ਦੋਵਾਂ ਦੇ ਨਾਲ ਇੱਕ ਸਾਲ ਚ 3.5 ਮਿੰਟ ਦਾ ਫਰਕ ਪੈਂਦਾ ਆ। ਹੁਣ ਤੱਕ 210 ਮਿੰਟ ਦਾ ਫਰਕ ਪੈ ਚੁੱਕਾ ਦੋਵਾਂ ਦੇ ਵਿੱਚ, ਤੇ ਇਹ ਫਰਕ ਦਿਨਾਂ ਚ ਵੀ ਜਾਣਾ ਆ ਤੇ ਮਹੀਨਿਆਂ ਚ ਵੀ ਜਾਣਾ ਆਉਣ ਵਾਲੇ ਸਮੇਂ, ਜਿਹੜਾ 33,000 ਸਾਲ ਬਾਅਦ 13,000 ਸਾਲ ਬਾਅਦ ਜਦੋਂ ਵੀ ਚਲੇ ਜਾਂਦਾ, ਜਦੋਂ ਵੀ ਜਿਹੜੀ 33,000 ਸਾਲ ਨਹੀਂ, 33,000 ਸਾਲ ਨਹੀਂ ਜਨਾਬ, ਮੈਂ ਉਹੀ ਗੱਲ ਕਰ ਰਿਹਾ ਨਾ। ਜੇ ਵੀਰ ਜੀ, ਜੇ ਤੁਸੀਂ 13,000 ਸਾਲ ਦੀ ਗੱਲ ਕਰ ਰਹੀ ਹੈ ਤੇ ਮੈਂ 33 ਦੀ ਵੀ ਕਰ ਸਕਦਾ, 26 ਦੀ ਕਰ ਸਕਦਾ ਨਾ, 26 ਦੀ। ਮੈਂ ਤੁਹਾਨੂੰ ਇਹ ਕਿਹਾ, ਤੁਸੀਂ 13,000 ਸਾਲ ਦੇ, ਜੇ ਤੁਸੀਂ 13,000 ਸਾਲ ਦੀ ਗੱਲ ਕਰੋਗੇ, ਮੈਂ 26,000 ਸਾਲ ਦੀ ਗੱਲ ਕਰ ਸਕਦਾ ਕਿ ਨਹੀਂ ਕਰ ਸਕਦਾ? ਜੇ ਕਰਾਂ ਤੇ ਵਿਸਾਖੀ ਮੁੜ ਵਾਪਸ ਆ ਜਾਣੀ ਉੱਥੇ। ਮੈਂ ਹੈਰਾਨ ਹਾਂ ਕਿ ਮੈਂ ਹੁਣ ਤੁਹਾਨੂੰ ਕੀ ਆਰਗੂਮੈਂਟ ਦਵਾਂ, ਤੁਸੀਂ ਵਿਸਾਖੀ ਜਸਟੀਫਾਈ ਕਰਕੇ ਦੱਸੋ ਵੀ ਕਿੱਦਾਂ ਸਹੀ ਹੈ 14 ਨੂੰ। ਲਿਊਨੀ ਸੋਲਰ ਨਾਲ ਕੈਲਕੂਲੇਟ ਕਰ ਲਓ, ਕਨਵਰਟ ਕਰਕੇ ਜਾਂਦੀ ਕਿ ਨਹੀਂ ਉੱਥੇ ਜਾਂਦੀ ਵਾਪਸ? ਮੇਰੀ ਇਨਫੋਰਮੇਸ਼ਨ ਕਹਿੰਦੀ ਹੈ ਕਿ ਦ੍ਰਿਕ ਗਣਿਤ ਜਿਹੜਾ 1964 ਚ ਲਾਗੂ ਨਹੀਂ ਹੁੰਦਾ। ਮੈਨੂੰ ਸ਼ਾਇਦ ਤੁਹਾਡੇ ਸੋਰਸ ਦਾ ਪਤਾ ਨਾ ਹੋਏ, ਲੇਕਿਨ ਮੇਰੀ ਜਿੱਥੋਂ ਮੈਂ ਪਤਾ ਕੀਤਾ, ਇਹ ਗੱਲ 1877 ਦੀ ਹੈ। ਉਦੋਂ ਲੱਗਿਆ ਹੋਗਾ 1877, ਨੋਟ ਕਰ ਲਓ ਡੇਟ 1877। ਉਸ ਤੋਂ ਪਹਿਲੇ ਇਹ ਗੱਲ ਕੀਤੀ ਹੈ ਪਰਮੇਸ਼ਵਰਾ ਦ੍ਰਿਕ ਗਣਿਤ ਵਾਲੇ ਨੇ 683 BC ਤੇ 683 CE ਕਾਮਨ ਏਰਾ। 683 ਪਰਮੇਸ਼ਵਰਾ ਨੇ ਸਿਧਾਂਤ ਲਿਆਂਦਾ, ਉਹਦੇ ਬਾਅਦ ਲਿਆਂਦਾ। ਲਾਗੂ ਕਦੋਂ ਹੋਇਆ ਵਿਕਰਮੀ ਕੈਲੰਡਰ 'ਚ, ਲਾਗੂ ਕਦੋਂ ਹੋਇਆ ਜਿਹੜਾ ਅਸੀਂ ਵਰਤ ਰਹੇ? ਮੈਂ ਉਹ ਤਰੀਕ ਪੁੱਛਦਾ, ਇਹ 1877 ਨੂੰ ਅਡਾਪਟ ਕੀਤਾ ਗਿਆ। 1877 ਨੂੰ ਅਡਾਪਟ ਕੀਤਾ ਗਿਆ ਤੇ ਜਿਹੜੀ ਮੇਰੀ ਗੱਲ ਤੇ ਸੁਣ ਲਓ ਨਾ ਵੀਰ ਜੀ, ਮੈਂ ਤੁਹਾਡੇ ਡਾਟੇ ਦੀ ਗੱਲ ਕਰ ਰਿਹਾ। ਹੁਣ ਤੁਹਾਡੇ ਡਾਟਾ ਜੇ ਲਿਆਂਦਾ ਤੇ ਮੈਨੂੰ ਦੇਖਣਾ ਪੈਂਦਾ ਨਾ, ਮੈਂ ਦੇਖਾਂ ਤੁਸੀਂ ਕੀ ਜਿਹੜਾ ਪੇਸ਼ ਕੀਤਾ ਕੀ ਹੈ, ਜਿਹੜੇ ਤੁਹਾਡੇ ਉਸ ਡਾਟੇ ਨੂੰ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਹੈ ਤੇ ਨਾ ਮੈਨੂੰ ਦੁਰਗਿਆਣਾ ਮੰਦਿਰ ਲੱਭਿਆ, ਨਾ ਮੈਨੂੰ ਅੰਮ੍ਰਿਤਸਰ ਸ਼ਹਿਰ ਲੱਭਿਆ ਤੇ ਨਾ 1964 ਲੱਭਿਆ। ਮੈਨੂੰ ਕੀ ਲੱਭਿਆ? 1877 ਕਾਂਚੀ ਸ਼ੰਕਰ ਦਾ ਲੱਭਿਆ, ਲੇਕਿਨ ਮਹਾਰਾਸ਼ਟਰ ਦੇ ਕਿਸੇ ਉੱਥੇ, ਤੇ 1877 ਲੱਭਿਆ। ਹੁਣ ਤੁਹਾਡੇ ਡਾਟੇ ਦੇ ਵਿੱਚ ਤੇ ਇਸ ਤਰ੍ਹਾਂ ਉਹਨੂੰ ਫਰੋਲਣ ਦੇ ਵਿੱਚ ਤੇ ਕੋਈ ਦਿੱਕਤਾਂ ਮੈਨੂੰ ਆ ਰਹੀਆਂ? ਮੈਂ ਤੁਹਾਨੂੰ ਅਖਬਾਰ ਦੀ ਕਟਿੰਗ ਭੇਜ ਦਿਆਂਗਾ, ਉਦੋਂ ਦੀ ਉਰਦੂ ਅਖਬਾਰ ਦੀ ਕਟਿੰਗ ਤੁਹਾਨੂੰ ਭੇਜ ਦਿਆਂਗਾ। ਭੇਜ ਦਿਓ ਤੇ ਮੈਂ ਉਹਦਾ ਸਕਰੀਨ ਦੇਖ ਲਾਂਗਾ। ਫਿਰ ਤਾਂ ਮਸਲਾ ਹੋਰ ਵੀ ਜ਼ਿਆਦਾ ਜਿਹੜਾ ਉਹ ਇੰਟਰਸਟਿੰਗ ਹੋ ਗਿਆ। ਜਿਹੜੀ ਸੋਧ 1964 ਚ ਕੀਤੀ ਗਈ ਉਹ ਕੀ ਸੀ? ਉਹ ਲਿਊਨੀ ਸੋਲਰ ਕੈਲੰਡਰ ਵਿੱਚ ਕੀਤੀ ਗਈ ਸੋਧ ਸੀ, ਤੇ ਜਿਹੜੀ 1877 ਚ ਕੀਤੀ ਗਈ ਉਹ ਕਿਹੜੀ ਸੀ? ਨਹੀਂ, ਚੋਂਟ ਦਾ ਤੇ ਮੈਨੂੰ ਪਤਾ ਨਹੀਂ ਹੈ, ਚੋਂਟ ਦਾ ਤੇ ਤੁਸੀਂ ਡਾਟਾ ਦਿੱਤਾ, ਮੈਨੂੰ ਲੱਭਾ ਨਹੀਂ ਹੈ। 1877 ਜਿਹੜੀ ਕੀਤੀ ਗਈ ਉਹ ਲਿਊਨੀ ਸੋਲਰ ਵਿੱਚ ਕੀਤੀ ਗਈ। ਕੀ ਸੋਧ ਕੀਤੀ ਗਈ? ਇਹ ਦ੍ਰਿਕ ਗਿਣਤੀ
ਨਹੀਂ ਸੋਧ ਕੀ ਸੀ ਜਿੱਦਾਂ ਹੁਣ ਮੈਂ ਤੁਹਾਨੂੰ ਦੱਸਿਆ ਕਿ 11 ਦਿਨ ਦੀ 10 ਦਿਨ ਦੀ ਸੋਧ ਹੈ ਤੁਹਾਡੇ ਸਾਹਮਣੇ ਵਿਖਾਇਆ ਉਹ ਕਿਹੜੀ ਸੋਧ ਸੀ ਤੇ ਕਿੰਨੀ ਕੀਤੀ ਦੇਖੋ ਜਿਹੜਾ ਮੈਨੂੰ ਜਿਹੜੀ ਇਨਫੋਰਮੇਸ਼ਨ ਨੂੰ ਲੱਭੀ ਹੈ ਚਿੰਤਾਮਣੀ ਨਾਮ ਦਾ ਬੰਦਾ ਖੇਤਕਰ ਨਾਮ ਦਾ ਬੰਦਾ ਚਾਤਰੇ ਨਾਮ ਦਾ ਬੰਦਾ ਇੱਕ ਰਾਏ ਨਾਮ ਦਾ ਬੰਦਾ ਇਹ ਚਾਰ ਐਕਸਪਰਟਸ ਜਿਹੜੇ ਸੀ ਇਹਨਾਂ ਦੀ ਮਹਾਰਾਸ਼ਟਰ ਦੇ ਕਿਸੇ ਜਾਂ ਮਦਰਾਸ ਦੇ ਸੋਰੀ ਮਦਰਾਸ ਦੇ ਕਿਸੇ ਸ਼ਹਿਰ ਦੇ ਵਿੱਚ ਉਸ ਸ਼ਹਿਰ ਦਾ ਨਾਮ ਮੈਨੂੰ ਐਗਜੈਕਟਲੀ ਹੁਣ ਨਹੀਂ ਜ਼ਬਾਨੀ ਯਾਦ ਕੋਕੋਰਮ ਨਾਂ ਕੀ ਨਾਂ ਇਸ ਤਰ੍ਹਾਂ ਕੁਛ ਨਾਂ ਉਸ ਸ਼ਹਿਰ ਦੇ ਵਿੱਚ ਸ਼ੰਕਰਾਚਾਰਿਆ ਦੇ ਮੱਠ ਦੇ ਵਿੱਚ ਮੀਟਿੰਗ ਹੋਈ ਕਾਂਚੀ ਦੇ ਸ਼ੰਕਰਾਚਾਰਿਆ ਨੇ ਉਸਨੂੰ ਕਿਹਾ ਕਿ ਠੀਕ ਹੈ ਇਹ ਤੇ ਉਹਨੇ ਕਿਹਾ ਕਿ ਇਹਨੂੰ ਜਾਰੀ ਕੀਤਾ ਜਾਏ ਇਸ ਪਛਾਣ ਨੂੰ ਲੇਕਿਨ ਉਹ ਜਿਹੜਾ ਉਹ ਬਿਕਰਮੀ ਲਿਊਨੀ ਸੋਲਰ ਕੈਲੰਡਰ ਦੀ ਪਦਤੀ ਦੇ ਵਿੱਚ ਬਦਲਾਵ ਉਹਨੂੰ ਜਿਹੜਾ ਕਿਹਾ ਗਿਆ ਉਹਨੂੰ ਇਹ ਨਹੀਂ ਕਿਹਾ ਗਿਆ ਕਿ ਉਸ ਕੈਲੰਡਰ ਤੋਂ ਵੱਖਰਾ ਸੀ ਕੋਈ ਵੱਖਰਾ ਕੈਲੰਡਰ ਤਿਆਰ ਕਰ ਰਹੇ ਵੇਖੋ ਅੱਜ ਤੁਸੀਂ ਵੀ ਕਿਹਾ ਕਿ ਸ਼ੰਕਰਾਚਾਰੀਆ ਨੇ ਲਾਗੂ ਕੀਤਾ ਜਦੋਂ ਮੈਂ ਕਿਹਾ ਸੀ ਦੁਰਗਿਆਨਾ ਮੰਦਰ ਚ ਸ਼ੰਕਰਾਚਾਰੀਆ ਨੇ ਲਾਗੂ ਕੀਤਾ ਤੁਸੀਂ ਗੁੱਸਾ ਕਰ ਗਏ ਮੈਂ ਉਹ ਵੀ ਕਬੂਲ ਕਰਾਂਗੇ ਠੀਕ ਹੈ ਨਹੀਂ ਤੁਸੀਂ ਉਹ ਸ਼ਬਦ ਕਿਹਾ ਸੀ ਉਹਦੀ ਪੜਤਾਂ ਦੇ ਪੜਤਾਂ ਤੇ ਕਹਿਣ ਦੇ ਇਹ ਨਹੀਂ ਉਹ ਜਿਹੜੀ ਚੀਜ਼ ਹੈ ਤੁਸੀਂ ਕਹਿੰਦੇ ਹਾਂ ਤੁਸੀਂ ਹੁਣ ਐਂਗਲ ਦੇ ਰਹੇ ਸੀ ਤੁਸੀਂ ਇੱਕ ਰਿਲੀਜੀਅਸ ਐਂਗਲ ਨੂੰ ਦੇ ਰਹੇ ਸੀ ਉਸ ਤਰ੍ਹਾਂ ਤੁਸੀਂ ਹੁਣ ਵੀ ਕਿਹਾ ਕਿ ਸ਼ੰਕਰਾਚਾਰੀਆ ਦੇ ਕਹਿਣ ਤੇ ਲਾਗੂ ਹੋ ਗਿਆ ਤੇ ਮੈਂ ਕਿਹਾ ਸੀ ਪੜਤਾਂ ਦੇ ਕਹਿਣ ਤੇ ਲਾਗੂ ਹੋ ਗਿਆ ਫਰਕ ਮੈਂ ਕਿਹਾ ਸੀ ਕਹਿਣ ਤੇ ਲਾਗੂ ਹੋਇਆ ਪਰ ਤਿਆਰ ਐਕਸਪਰਟਸ ਨੇ ਕੀਤਾ ਸਰ ਮੈਂ ਗੱਲ ਮੈਂ ਤੁਸੀਂ ਆਪਣੇ ਵੱਲ ਨਾ ਲਓ ਮੈਂ ਸੰਗਤਾਂ ਦੀ ਗੱਲ ਕਰ ਰਿਹਾ ਸਾਡੇ ਪ੍ਰਚਾਰਕ ਤੁਸੀਂ ਕਿਹਾ ਤੁਹਾਡੀ ਨਿਗਾਹ 'ਚ ਹੁਣ ਸਿਆਣੇ ਹੋ ਗਏ ਇਹਦਾ ਮਤਲਬ ਮੇਰੀ ਨਿਗਾਹ 'ਚ ਪਹਿਲਾਂ ਸਿਆਣੇ ਨਹੀਂ ਸੀ ਨਹੀਂ ਹੁਣ ਮੈਨੂੰ ਦਿਰਗਣਤ ਵਾਲਾ ਹੋ ਗਿਆ ਨਾ ਨਹੀਂ ਦਿਰਗਣਤ ਵਾਲਾ ਹੋ ਨਹੀਂ ਗਿਆ 1964 ਦੇ ਵਿੱਚ ਵੀ ਦੁਰਗਿਆਨਾ ਮੰਦਰ ਦੇ ਵਿੱਚ ਮੀਟਿੰਗ ਤੋਂ ਬਾਅਦ 3.5 ਮਿੰਟ ਦਾ ਫਰਕ ਕੱਢਿਆ ਗਿਆ ਉਦੋਂ ਦੀਆਂ ਅਖਬਾਰਾਂ ਦੇ ਵਿੱਚ ਛਪਿਆ ਹੈ ਤੁਹਾਨੂੰ ਮੈਂ ਉਹ ਪਾਲ ਸਿੰਘ ਪੁਰੇਵਾਲ ਹੋਣਾ ਨੇ ਉਹ ਅਖਬਾਰ ਦੀ ਕਟਿੰਗ ਵਿਦ ਪ੍ਰੂਫ ਜਿਹੜਾ ਉਹਦੇ ਉੱਤੇ ਆਪਣੀ ਕਮੈਂਟ ਦੀ ਕੀਤੀ ਹੋਈ ਹੈ ਖਬਰ ਨੂੰ ਪੜ ਕੇ ਸੁਣਾਇਆ ਹੋਇਆ ਤੁਸੀਂ ਭੇਜ ਦੇਣਾ ਸਰ ਮੈਂ ਮੈਨੂੰ ਭੇਜ ਦੇਣਾ ਮੈਨੂੰ ਸ਼ੱਕ ਕਿਉਂ ਪੈ ਰਿਹਾ ਮੈਨੂੰ ਸ਼ੱਕ ਕਿਉਂ ਪਿਆ ਸੀਗਾ ਜਿਹੜਾ ਪੋਜੀਸ਼ਨਲ ਐਸਟ੍ਰੋਨੋਮੀ ਸੈਂਟਰ ਹੈ ਨਾ ਉਹ ਤੇ ਪਹਿਲਾਂ ਹੀ ਦਿਰਗੜ ਚੋੜ ਤੋਂ ਪਹਿਲਾਂ ਹੀ ਕਰ ਰਿਹਾ ਹੁਣ ਠੀਕ ਹੈ ਤੇ ਚਲੋ ਕੋਈ ਗੱਲ ਨਹੀਂ ਤੁਸੀਂ ਉਹਨੂੰ ਕੈਲਕੂਲੇਸ਼ਨ ਨੂੰ ਕਿੱਦਾਂ ਲੈਂਦੇ ਹੋ ਬਹੁਤਾ ਮੇਰੇ ਵਾਸਤੇ ਮੈਟਰ ਨਹੀਂ ਕਰਦਾ ਪਰ ਤੁਸੀਂ ਮੈਂ ਸਰੋਤਿਆਂ ਨੂੰ ਜਿਹੜੀ ਚੀਜ਼ ਸਾਹਮਣੇ ਰੱਖਣੀ ਚਾਹੁੰਦਾ ਸੀ ਵੀ ਜੇ 22 ਦਸੰਬਰ ਤੋਂ 5 ਜਨਵਰੀ ਤੱਕ ਦੀ ਕੈਲਕੂਲੇਸ਼ਨ ਨੂੰ ਗਲਤ ਗਿਣਿਆ ਜਾਂਦਾ ਹੈ ਤੇ 29 ਮਾਰਚ ਤੋਂ 14 ਅਪ੍ਰੈਲ ਵਾਲੀ ਖਾਲਸਾ ਪ੍ਰਗਟ ਦਿਹਾੜੀ ਦੀ ਕੈਲਕੂਲੇਸ਼ਨ ਵੀ ਉਸੇ ਤਰੀਕੇ ਨਾਲ ਹੀ ਆਈ ਹੈ ਇਹਨੂੰ ਸਹੀ ਬਣੇ ਇਹਦੇ ਪਰ ਲਾਸਟ ਮੇਰਾ ਟੇਕ ਅਪ ਲੈ ਲਓ ਕਿ ਤੁਸੀਂ ਮੈਨੂੰ ਇਹ ਦੱਸੋ ਕਿ ਨਾਨਕ ਸ਼ਾਹੀ ਕੈਲੰਡਰ ਦਾ ਜਿਹੜਾ ਰਿਫਾਰਮ ਹੈ ਉਹ ਗ੍ਰੈਗੋਰੀਅਨ ਰਿਫਾਰਮ ਸੀ ਕਿ ਨਾਨਕ ਸ਼ਾਹੀ ਕੈਲੰਡਰ ਦਾ ਰਿਫਾਰਮ ਸੀ ਸ਼ਾਇਦ ਤੁਸੀਂ ਮੇਰੀ ਇੱਕ ਸਟੇਟਮੈਂਟ ਮਿਸ ਕਰ ਗਏ ਹੋ ਕਿ ਪੁਰੇਵਾਲ ਜੀ ਨੇ ਕਿਹਾ ਸੀ ਕਿ 1999 ਤੱਕ ਜੋ ਵੀ ਹੋਇਆ ਲੂਨੀ ਸੋਲਰ ਦੇ ਵਿੱਚ ਉਹਨੂੰ ਲੂਨੀ ਸੋਲਰ ਦਾ ਹਿੱਸਾ ਮੰਨ ਕੇ ਉਸ ਤੋਂ ਅੱਗੇ ਸੋਧ ਲਾਗੂ ਕੀਤੀ ਜਾਊਗੀ ਇਹ ਸਟੇਟਮੈਂਟ ਤੁਸੀਂ ਪੜ੍ਹ ਸਕਦੇ ਹੋ ਉਹਨਾਂ ਦੀ ਕਿਤਾਬ 'ਚ ਵੀ ਤੇ ਇਹ ਸਾਰੀਆਂ ਮੀਟਿੰਗਾਂ ਦੇ ਵਿੱਚ ਅਕਾਲ ਤਖ਼ਤ ਤੇ ਅਕਾਲ ਦੇਖੋ ਵੀਰ ਜੀ ਸਟੇਟਮੈਂਟ ਤੁਸੀਂ ਵੀ ਦੇ ਰਹੇ ਹੋ ਮੈਂ ਵੀ ਦੇ ਰਿਹਾ ਮੇਰੀਆਂ ਵੀ ਕਿਤੇ ਗਲਤ ਹੋ ਸਕਦੀਆਂ ਤੁਹਾਡੀਆਂ ਵੀ ਗਲਤ ਹੋ ਸਕਦੀਆਂ ਤੇ ਪੁਰੇਵਾਲ ਜੀ ਦੀ ਵੀ ਗਲਤ ਹੋ ਸਕਦੀਆਂ ਇਸ ਚੀਜ਼ ਨੂੰ ਪੁਰੇਵਾਲ ਜੀ ਦੀ ਵੀ ਗਲਤ ਹੋ ਸਕਦੀ ਸਟੇਟਮੈਂਟ ਹਾਂ ਸਟੇਟਮੈਂਟ ਕੱਲੀ ਸਟੇਟਮੈਂਟ ਨਹੀਂ ਸੀ ਇਸ ਚੀਜ਼ ਨੂੰ ਮੀਟਿੰਗਾਂ ਦੇ ਵਿੱਚ ਐਕਸੈਪਟ ਕੀਤਾ ਗਿਆ ਸਿੰਘ ਸਾਹਿਬ ਵੱਲੋਂ ਇਹਨੂੰ ਪ੍ਰਵਾਨਗੀ ਦਿੱਤੀ ਗਈ ਜਥੇਦਾਰ ਅਕਾਲ ਤਖ਼ਤ ਵੱਲੋਂ ਤੇ ਫਿਰ ਇਹ ਕੈਲੰਡਰ ਜਿਹੜਾ ਸੀ 2003 'ਚ ਜਿਹਨੇ ਪ੍ਰਵਾਨ ਕੀਤਾ ਉਹਨਾਂ ਨੇ ਫਿਰ ਡਿਸੇਗੇ ਉਹ ਕਰਤਾ ਰਿਕਾਰਡ ਕਰਤਾ ਤੇ ਫਿਰ ਇਹਦੇ 'ਚ ਹੁਣ ਮਸਲਾ ਕੀ ਹੈ ਜੇ ਅਸੀਂ ਉਸ ਗੱਲ ਦੇ ਉੱਪਰ ਹੀ ਜਾਣਾ ਤੇ ਜੇ ਤਾਕਤ ਹੁੰਦੀ ਸਾਰੀ ਉੱਥੇ ਹੀ ਸੀ ਪ੍ਰਵਾਨਗੀ ਦੇ ਵਿੱਚ ਤੇ ਹੁਣ ਉਹਨਾਂ ਨੇ ਡਿਸਕਾਰਡ ਕਰਤਾ ਅੱਛਾ ਐਕਸੈਪਟਿੰਗ ਅਥਾਰਟੀ ਨੇ ਕਹਿਤਾ ਵੀ ਨਹੀਂ ਠੀਕ ਹੈ ਹੁਣ ਮਸਲਾ ਕੀ ਹੈ ਜਦੋਂ 2003 'ਚ ਪ੍ਰਵਾਨ ਹੋਇਆ ਉਦੋਂ ਇਹਦਾ ਵਿਰੋਧ ਕਰਨ ਵਾਲੇ ਚੁੱਪ ਹੋ ਗਏ ਸੀ 2003 ਤੋਂ ਬਾਅਦ ਸਾਰੇ ਮੈਨੂੰ ਮੈਂ ਤੇ ਉਹ ਦੋ ਮਸਲਾ ਜਾਣਦਾ ਹੀ ਨਹੀਂ ਸੀ ਸਰ ਮੈਨੂੰ ਤੇ ਨਾ ਪਤਾ ਕਿ ਕੈਲੰਡਰ ਬਣ ਰਿਹਾ ਤੇ ਨਾ ਪਤਾ ਮੈਨੂੰ ਇਹ ਹੋਇਆ ਮੈਨੂੰ ਤੇ ਉਦੋਂ ਪਤਾ ਹੋਇਆ ਜਦੋਂ ਇੱਥੇ ਸਾਡੇ ਝਗੜੇ ਪੈਣੇ ਸ਼ੁਰੂ ਹੋਏ ਜੇ&ਕੇ ਦੇ ਵਿੱਚ ਜੰਮੂ ਜੀ ਸਿੰਘ ਸਾਹਿਬ ਨੂੰ ਤੁਸੀਂ ਜਾ ਕੇ ਮੰਗ ਪੱਤਰ ਵੀ ਦੇ ਰਹੇ ਹੁੰਦੇ ਹੋ ਫੋਟੋ ਵੀ ਅਸੀਂ ਵੇਖਦੇ ਤੁਹਾਡੀਆਂ ਪਰ ਜਦੋਂ ਤੁਸੀਂ ਬਾਅਦ 'ਚ ਕਹਿੰਦੇ ਮੈਨੂੰ ਪਤਾ ਹੀ ਕੁਛ ਨਹੀਂ ਤੁਸੀਂ ਫੋਟੋ ਦਿਖਾ ਦਿਓ ਹੁਣ ਤੁਸੀਂ ਇਹ ਗੱਲ ਕਹੀ ਤੁਸੀਂ ਫੋਟੋ ਦਿਖਾਓ ਮੇਰੀ ਸਿੰਘ ਸਾਹਿਬ ਦੇ ਨਾਲ ਮੰਗ ਪੱਤਰ ਦਿੰਦੇ ਫੋਟੋ ਦਿਖਾਓ ਮੇਰੀ ਨਹੀਂ ਮੰਗ ਪੱਤਰ ਨਹੀਂ ਮਤਲਬ ਤੁਸੀਂ ਆਪਣੀ ਗੱਲ ਰੱਖ ਰਹੇ ਹੋ ਮੰਗ ਪੱਤਰ ਸਾਰੀ ਮੈਂ ਹਾਂਜੀ ਚਲੋ ਸਿੰਘ ਸਾਹਿਬ ਨਾਲ ਫੋਟੋ ਦਿਖਾ ਦਿਓ ਲਓ ਜੀ ਸਿੰਘ ਸਾਹਿਬ ਨਾਲ ਫੋਟੋ ਜੰਮੂ ਜੀ ਦੀ ਮੈਂ ਤੁਹਾਨੂੰ ਵਿਖਾ ਦੇਵਾਂ ਜੀ ਦਿਖਾਓ ਮੰਗ ਪੱਤਰ ਦਿੰਦੇ ਲਿਖਾਓ ਇਹ ਉਦੋਂ ਮੈਂ ਉਹਨਾਂ ਕੋਲ ਗਿਆ ਸੀ ਜਦੋਂ ਮੰਗ ਪੱਤਰ ਸੌਰੀ ਮੰਗ ਪੱਤਰ ਜੇ ਮੈਂ ਕਿਹਾ ਵਾ ਤੇ ਮੈਂ ਉਹ ਸ਼ਬਦ ਮੈਨੂੰ ਨਹੀਂ ਪਤਾ ਮੰਗ ਪੱਤਰ ਦੇ ਕੋਲ ਬੁਲਾਇਆ ਤੇ ਮੈਂ ਤੇ ਜਾਣਾ ਹੀ ਸੀ ਨਾ ਮੈਂ ਤੇ ਆਪ ਸੁਣਾਵਟਾਂ ਕਿ ਮੈਂ ਉਹ ਗਿਆ ਸੀ ਮੈਨੂੰ ਉਹਨਾਂ ਨੇ ਬੁਲਾਇਆ ਤੁਸੀਂ ਹੁਣੇ ਹੁਣ ਕਹਿਣ ਲੱਗ ਪਏ ਹੋ ਕਿ ਮੈਂ ਜਾਣਾ ਸੀ ਹੁਣੇ ਤੁਸੀਂ ਕਿਹਾ ਮੇਰੀ ਫੋਟੋ ਵਿਖਾ ਦਿਓ ਮੈਂ ਫੋਟੋ ਵਿਖਾ ਦੇਵਾਂ
ਨਹੀਂ ਮੰਗ ਪੱਤਰ ਦਿੰਦੇ ਫੋਟੋ ਦਿਖਾਣਾ ਤੁਸੀਂ ਕਿਆ ਮੰਗ ਪੱਤਰ ਦਿੰਦੇ ਹੋ ਮੈਂ ਤੁਹਾਨੂੰ ਸ਼ੁਰੂ ਜੀ ਕਹਿੰਦਾ ਮੰਗ ਪੱਤਰ ਨਹੀਂ ਦੇ ਰਿਹਾ ਮੈਂ ਤਾਂ ਕਦੇ ਫੋਟੋ ਦੇਖੀ ਨਹੀਂ ਉਹ ਵਾਲੀ ਤੁਸੀਂ ਮੈਨੂੰ ਦਿਖਾਈ ਦਿਓ ਕੈਲੰਡਰ ਮਾਮਲੇ ਤੇ ਪੂਰੀ ਕੌਮ ਦੀਆਂ ਭਾਵਨਾਵਾਂ ਜੁੜੀਆਂ ਜਲਦਬਾਜ਼ੀ ਠੀਕ ਨਹੀਂ ਇਹ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਵਾ ਤੇ ਤੁਸੀਂ ਉੱਥੇ ਜਾ ਕੇ ਕੁਛ ਕੈਲੰਡਰ ਜਿਹੜਾ ਮੈਂ ਫੋਟੋ ਸਾਹਮਣੇ ਸ਼ੋਅ ਕਰ ਦਿੰਦਾ ਹਾਂ ਮੈਂ ਮੈਂ ਫੋਟੋ ਦੇਖੀ ਨਹੀਂ ਹੈ ਕਦੇ ਮੈਨੂੰ ਚਲੋ ਤੁਸੀਂ ਦਿਖਾ ਦਿਓ ਕਿਸੇ ਨੇ ਖਿੱਚੀ ਹੋਈ ਕਿਸੇ ਮੋਬਾਈਲ ਤੋਂ ਮੈਨੂੰ ਪਤਾ ਨਹੀਂ ਹੈ ਮੈਂ ਹੁਣ ਇੱਥੋਂ ਉਧਰ ਸਿਸਟਮ 'ਚ ਜਾਣੀ ਨਹੀਂ ਮੈਂ ਤੁਹਾਨੂੰ ਭੇਜ ਦਿਆਂਗਾ ਕਿਉਂਕਿ ਮੇਰੇ ਕੋਲ ਹੁਣ ਮੈਂ ਵੀ ਆਪਣੇ ਰਿਕਾਰਡ ਸੇ ਰੱਖ ਲਾਂਗਾ ਮੈਨੂੰ ਭੇਜ ਦਿਓ ਇੱਕ ਮਿੰਟ ਮੈਂ ਕੋਸ਼ਿਸ਼ ਕਰਦਾ ਵਾਂ ਕਿਉਂਕਿ ਬਾਅਦ ਦੇ ਵਿੱਚ ਗੱਲ ਜਿਹੜੀ ਆ ਉਹ ਹੋਰ ਸੈਗਮੈਂਟ ਤੇ ਚਲੀ ਜਾਣੀ ਹੈ ਬੁਲਾਇਆ ਸੀ ਮੈਂ ਉੱਥੇ ਗਿਆ ਸੀ ਇਹ ਮੈਂ ਪਹਿਲੇ ਹੀ ਕਲੀਅਰ ਕਰ ਚੁੱਕਾ ਪਿਛਲੇ ਐਪੀਸੋਡ ਵਿੱਚ ਤੁਹਾਨੂੰ ਪਤਾ ਹੀ ਹੈ ਨਹੀਂ ਤੁਸੀਂ ਕਹਿੰਦੇ ਮੇਰੇ ਕੋ ਫੋਟੋ ਨਹੀਂ ਪਤਾ ਨਹੀਂ ਮੈਨੂੰ ਫਿਰ ਇਦਾਂ ਨਾ ਕਰੋ ਮੈਂ ਕਿਹਾ ਤੁਸੀਂ ਮੰਗ ਪੱਤਰ ਦਿੰਦੇ ਹੋ ਜਾ ਕੇ ਦੇਖੋ ਕਰਨਲ ਨਿਸ਼ਾਨ ਜੀ ਤੁਹਾਡੇ ਨਾਲ ਨੇ ਤੇ ਹੁਣ ਤੁਸੀਂ ਇਹ ਵੀ ਕਹਿ ਦਿੰਦੇ ਵੀ ਕਰਨਲ ਨਿਸ਼ਾਨ ਜੀ ਦਾ ਕੰਮ ਦਾ ਮੈਨੂੰ ਨਹੀਂ ਪਤਾ ਹਾਲਾਂਕਿ ਜਿੰਨੀਆਂ ਵੀ ਤੁਸੀਂ ਜਿੰਨੇ ਵੀ ਆਰਗੂਮੈਂਟ ਦਿੰਦੇ ਹੋ ਉਹ ਕੀ ਮੈਨੂੰ ਕੰਮ ਦਾ ਪਤਾ ਨਾ ਦੇ ਮੈਂ ਇੰਟਰਵਿਊ ਕੀਤੇ ਦਾ ਉਹਨਾਂ ਨੂੰ ਮੈਂ ਉਹ ਇੰਟਰਵਿਊ ਕੀਤੇ ਦਾ ਮੈਂ ਇੰਟਰਵਿਊ ਕੀਤੇ ਦਾ ਮੇਰਾ ਹੀ ਇਹ ਤੁਸੀਂ ਐਂਡੋਰਸਮੈਂਟ ਵਾਸਤੇ ਉਹਨਾਂ ਦੇ ਕੰਮ ਦੇ ਪਿੱਠ ਅੰਕਣ ਵਾਸਤੇ ਤੁਸੀਂ ਸਿੰਘ ਸਾਹਿਬ ਕੋਲ ਵੀ ਗਏ ਹੋ ਉਹਨਾਂ ਦੇ ਕੰਮ ਦੇ ਐਂਡੋਰਸਮੈਂਟ ਵਾਸਤੇ ਤੁਸੀਂ ਕੀ ਗੱਲਾਂ ਕਰ ਰਹੇ ਹੋ ਮੈਨੂੰ ਤੇ ਸਮਝ ਨਹੀਂ ਆ ਰਹੀ ਕਿ ਉਹਨਾਂ ਦੇ ਕੰਮ ਦੀ ਕਰਨਲ ਸਾਹਿਬ ਦੇ ਕੰਮ ਦੀ ਐਂਡੋਰਸਮੈਂਟ ਵਾਸਤੇ ਮੈਂ ਉਹਨਾਂ ਕੋਲ ਗਿਆ ਮੈਂ ਤੇ ਗਿਆ ਸੀ ਕਹਿੰਦੇ ਪੂਰੇਵਾਲ ਸਾਹਿਬ ਨਾਲ ਤੁਸੀਂ ਗੱਲ ਕਰਨੀ ਹੈ ਤਿਆਰ ਹੋ ਮੈਂ ਇਸ ਵਾਸਤੇ ਗਿਆ ਅਖਬਾਰ ਚ ਜੋ ਅਖਬਾਰ ਚ ਖਬਰ ਛਪੀ ਉਹ ਤਾਂ ਇਹੋ ਹੀ ਹੈ ਕਿ ਨਾਲ ਉਹ ਨੇ ਨਾਲ ਤੁਸੀਂ ਕੁਛ ਚੀਜ਼ ਜਿਹੜੀ ਆ ਉਹ ਪਤਾ ਨਹੀਂ ਕੈਲੰਡਰ ਕਿਹੜਾ ਫੜਾ ਰਹੇ ਹੋ ਜਾਂ ਕੁਛ ਵੀ ਹੈ ਮੈਨੂੰ ਵੀ ਤਾਂ ਪਤਾ ਚੱਲੇ ਬਸ ਮੈਂ ਬਸ ਇੱਕ ਮਿੰਟ ਮੈਂ ਉਧਰੋਂ ਮੋਬਾਈਲ ਚ ਜਾਣਾ ਟਾਈਮ ਲੱਗਿਆ ਥੋੜਾ ਜਿਹਾ ਹਾਂ ਤੁਹਾਨੂੰ ਆਂਦੇ ਟਾਈਮ ਲੱਗ ਜਾਣਾ ਮੈਨੂੰ ਭੇਜ ਦਿਖਾਓ ਤੁਸੀਂ ਮੈਂ ਉਸਦਾ ਕਿਸੇ ਕੋਲ ਹੋਏ ਫੋਟੋ ਇੱਕ ਮਿੰਟ ਇਧਰ ਖਿੱਚ ਲਈ ਹੋਏ ਫੋਟੋ ਮੈਨੂੰ ਮੇਰੀ ਨੌਲੇਜ ਚ ਨਹੀਂ ਨਹੀਂ ਅਖਬਾਰ ਦੇ ਵਿੱਚ ਖਬਰ ਹੈ ਜੀ ਉਹਦੀ ਪ੍ਰੋਪਰ ਜੇ ਖਬਰ ਉਸ ਦੀ ਹੋਏ ਫੋਟੋ ਦੀ ਗੱਲ ਕਰਦਾ ਪਿਆ ਮੇਰੀ ਗੱਲ ਤੇ ਫਿਰ ਸਹੀ ਹੋ ਗਈ ਨਾ ਕਿਵੇਂ ਨੂੰ ਬਣਾਇਆ ਸੀ ਆ ਲਓ ਆ ਲਓ ਮੇਰੀ ਗੱਲ ਤੇ ਫਿਰ ਮੇਰੀ ਗੱਲ ਤੇ ਸਟੇਟਮੈਂਟ ਸਹੀ ਹੈ ਕਿ ਮੈਨੂੰ ਉਹਨਾਂ ਬਣਾਇਆ ਸੀ ਹਾਂਜੀ ਆ ਪਛਾਣੋ ਤੁਸੀਂ ਹੋ ਹਾਂਜੀ ਇਹ ਤੁਸੀਂ ਹੋ ਨਾ ਨਹੀਂ ਮੈਂ ਨਹੀਂ ਹਾਂ ਜੀ ਹਾਂਜੀ ਮੈਂ ਖਬਰ ਦੇ ਵਿੱਚ ਲਿਖਿਆ ਹੋਇਆ ਖਬਰ ਦੇ ਵਿੱਚ ਲਿਖਿਆ ਹੋਇਆ ਹੁਣ ਪਤਾ ਨਹੀਂ ਮੈਂ ਖਬਰ ਪੜ੍ਹੀ ਆ ਕਿ ਸਿੱਖਾਂ ਦੀ ਆਜ਼ਾਦ ਹਸਤੀ ਅਤੇ ਅਡਰੀ ਹੋਣ ਦੇ ਪ੍ਰਤੀਕ ਆਨੰਦ ਸ਼ਾਹੀ ਕੈਲੰਡਰ ਦਾ ਮਾਮਲਾ ਇੱਕ ਵਾਰ ਮੁੜ ਤੋਂ ਉੱਭਰ ਕੇ ਸਾਹਮਣੇ ਆ ਰਿਹਾ ਹੈ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਲਈ ਕਰਨਲ ਸੁਰਜੀਤ ਸਿੰਘ ਨਿਸ਼ਾਨ ਤੇ ਹਰਦੇਵ ਸਿੰਘ ਜੰਮੂ ਪੁੱਜੇ ਤੇ ਉਹਨਾਂ ਕੈਲੰਡਰ ਮਾਮਲੇ ਤੇ ਜਥੇਦਾਰ ਨਾਲ ਲੰਮੀਆਂ ਤੇ ਡੂੰਘੀਆਂ ਵਿਚਾਰਾਂ ਕੀਤੀਆਂ ਇਸ ਮੀਟਿੰਗ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਆਏ ਵਿਦਵਾਨਾਂ ਨੂੰ ਕਿਹਾ ਕਿ ਕਿਉਂਕਿ ਕੈਲੰਡਰ ਮਾਮਲੇ ਤੇ ਪੂਰੀ ਕੌਮ ਦੀਆਂ ਭਾਵਨਾਵਾਂ ਜੁੜੀਆਂ ਹਨ ਇਸ ਲਈ ਕਿਸੇ ਵੀ ਤਰ੍ਹਾਂ ਦੀ ਜਲਦਬਾਜ਼ੀ ਨਹੀਂ ਕੀਤੀ ਜਾਵੇਗੀ ਹਾਂਜੀ ਉਹ ਤੁਹਾਨੂੰ ਵਿਦਵਾਨਾਂ ਦੇ ਵਿੱਚ ਲਿਖ ਰਹੇ ਨੇ ਪਰ ਜਦੋਂ ਮੈਂ ਕੋ ਸਵਾਲ ਕਰਦਾ ਤੁਸੀਂ ਕਹਿੰਦੇ ਨਹੀਂ ਮੈਂ ਵਿਦਵਾਨ ਨਹੀਂ ਮੈਂ ਤੇ ਕੰਮ ਗਿਆ ਸੀ ਅਕਾਲੀ ਪਾਕ ਵਾਲੀ ਫੋਟੋ ਜਿਹੜੀ ਹੈ ਸ਼ਾਇਦ ਤੁਹਾਡੀ ਜਥੇਦਾਰ ਹਰਪ੍ਰੀਤ ਸਿੰਘ ਜੀ ਮੌਜੂਦ ਨੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਮੈਂ ਉਹਨਾਂ ਦੇ ਸੱਦੇ ਤੇ ਉੱਥੇ ਗਿਆ ਸੀ ਕਿਉਂਕਿ ਪੂਰੇਵਾਲ ਜੀ ਗਏ ਸੀ ਮੰਗ ਪੱਤਰ ਲੈ ਕੇ ਨਹੀਂ ਇਹ ਫੋਟੋ ਤੁਹਾਡੀ ਹੈ ਜਾਂ ਖਬਰ ਵਰਬਲ ਡਿਮਾਂਡ ਲੈ ਕੇ ਗਏ ਸੀ ਮੰਗ ਪੱਤਰ ਤੇ ਉਹਨਾਂ ਨੇ ਮੈਨੂੰ ਇਸ ਵਾਸਤੇ ਬੁਲਾਇਆ ਸੀ ਕਿ ਉਹਨਾਂ ਨੇ ਮੈਨੂੰ ਸਟੋਰੀ ਸੁਣਾਈ ਕਿ ਪੂਰੇਵਾਲ ਜੀ ਇੱਥੇ ਆਏ ਸੀ ਤੇ ਉਹਨਾਂ ਨੂੰ ਅਸੀਂ ਕਿਹਾ ਕਿ ਆਪਾਂ ਜਿਹੜੀ ਆ ਕੈਲੰਡਰ ਦੇ ਤੈਨੇ ਨਹੀਂ ਰੱਖਦੇ ਜਾਣਕਾਰੀ ਦੋ ਬੰਦੇ ਤੁਸੀਂ ਬੈਠ ਜਾਓ ਦੋ ਬੰਦੇ ਕੋਈ ਹੋਰ ਬਹਿ ਜਾਂਦੇ ਤੇ ਉਹਨਾਂ ਨੇ ਮੈਨੂੰ ਬੁਲਾਇਆ ਸੀਗਾ ਕਿ ਬਈ ਤੁਸੀਂ ਆਓ ਤੇ ਕਿਹਾ ਤੁਸੀਂ ਜਿਹੜੇ ਮੈਂ ਪਹੁੰਚਿਆ ਉਹਨਾਂ ਮੈਂ ਕਿਹਾ ਕਿਆ ਉਹਨਾਂ ਨੇ ਸਟੋਰੀ ਸੁਣਾ ਕੇ ਕਿਹਾ ਕਿ ਕਿਆ ਤੁਸੀਂ ਪੂਰੇਵਾਜੀ ਨਾਲ ਬਹਿਣ ਨੂੰ ਤਿਆਰ ਹੋ ਤੇ ਮੈਂ ਕਿਹਾ ਹਾਂ ਮੈਂ ਤਿਆਰ ਹਾਂ ਕਰਨ ਨਿਸ਼ਾਨ ਜੀ ਵੀ ਉੱਥੇ ਆਏ ਸੀਗੇ ਉਸ ਦਿਨ ਉਹ ਕਰਨ ਨਿਸ਼ਾਨ ਜੀ ਨੂੰ ਵੀ ਸ਼ਾਇਦ ਬਿਠਾਉਣਾ ਚਾਹੁੰਦੇ ਸੀ ਤੇ ਮੈਨੂੰ ਵੀ ਬਿਠਾਉਣਾ ਚਾਹੁੰਦੇ ਸੀ ਪੂਰੇਵਾਜੀ ਦੇ ਦੋ ਬੰਦਿਆਂ ਦੇ ਨਾਲ ਫੋਟੋ ਤੁਹਾਡੀ ਹੈ ਜਾਂ ਨਹੀਂ ਨਾ ਫੋਟੋ ਮੇਰੀ ਨਹੀਂ ਅੱਛਾ ਫੋਟੋ 'ਚ ਤੁਸੀਂ ਨਹੀਂ ਹੈਗੇ ਨਹੀਂ ਨਹੀਂ ਮੈਂ ਨਹੀਂ ਸਿੰਘ ਸਾਹਿਬ ਦੇ ਨਾਲ ਤੁਹਾਡੀ ਖਬਰ 'ਚ ਵੀ ਤੁਹਾਡੀ ਤੁਹਾਡਾ ਨਾਂ ਛਪਿਆ ਹੋਇਆ ਅੱਛਾ ਤੁਸੀਂ ਤੇ ਕਰਨ ਨਿਸ਼ਾਨ ਜੀ ਕਦੇ ਸਿੰਘ ਸਾਹਿਬ ਨੂੰ ਨਹੀਂ ਮਿਲੇ ਇਕੱਠੇ ਨਹੀਂ ਜਿੱਦਣ ਮੈਂ ਗਿਆ ਉਹ ਦਿਨ ਨਿਸ਼ਾਰਾਂ ਨੂੰ ਵੀ ਉਹਨਾਂ ਨੇ ਬੁਲਾਇਆ ਸੀ ਨਾਲ ਪ੍ਰੋਫੈਸਰ ਸਰਚਾਨ ਸਿੰਘ ਨੇ ਮੈਂ ਸਭ ਤੋਂ ਕਹਿ ਰਿਹਾ ਮੈਂ ਤੇ ਕਿਸੇ ਨੂੰ ਜਾਣਦਾ ਨਹੀਂ ਆ ਬਾਕੀਆਂ ਨੂੰ ਕਿ ਮੈਂ ਜਿੱਥੇ ਗਿਆ ਸੀ ਮੈਨੂੰ ਕੋਈ ਪਤਾ ਨਹੀਂ ਕਿ ਉੱਥੇ ਕੌਣ ਕੌਣ ਸੀਗਾ ਅੱਛਾ ਚਲੋ ਮੈਂ ਉੱਥੇ ਸਿਰਫ ਮੈਂ ਫਸਟ ਟਾਈਮ ਗਿਆ ਉੱਥੇ ਉਸ ਜਗ੍ਹਾ ਦੇ ਉੱਪਰ ਉਹਨਾਂ ਨੇ ਕਿਹਾ ਨਿਸ਼ਾਨ ਕਰਨ ਨਿਸ਼ਾਨ ਜੀ ਨੂੰ ਉਹਨਾਂ ਨੇ ਬੁਲਾਇਆ ਸੀਗਾ ਮੈਨੂੰ ਬੁਲਾਇਆ ਸੀ ਤੁਸੀਂ ਬੈਠ ਕੇ ਉਹਨਾਂ ਨਾਲ ਗੱਲ ਕਰਨ ਨੂੰ ਤਿਆਰ ਹੋ ਮੈਂ ਕਿਹਾ ਤਿਆਰ ਫੋਟੋ ਮੇਰੀ ਨਹੀਂ ਹੈ ਫੋਟੋ ਮੇਰੀ ਨਹੀਂ ਹੈ ਕੋਈ ਮੈਂ ਤੁਹਾਨੂੰ ਇਹ ਕਹਿ ਰਹੀ ਹਾਂ
ਚਲੋ ਖੈਰ ਅਸੀਂ ਮਿਲੇ ਉਹ ਪਰ ਫੋਟੋ ਤੁਹਾਡੀ ਨਹੀਂ ਚਲੋ ਹੋ ਸਕਦਾ ਕਿਸੇ ਨੇ ਨਾਮ ਗਲਤ ਲਿਖ ਦਿੱਤਾ ਤੇ ਠੀਕ ਹੈ ਜੀ ਜੰਮੂ ਜੀ ਧੰਨਵਾਦ ਤੁਹਾਡਾ ਗੱਲਬਾਤ ਲਈ।